ਮਹਾਰਾਜ ਵੀ ਕਹਿੰਦੇ ਨੇ ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ। ਵਿਚਾਰ ਦੇ ਨਾਲ ਹੀ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਮਾਰਿਆ ਜਾ ਸਕਦਾ, ਜਿਹਨੂੰ ਆਮ ਤੌਰ 'ਤੇ ਅਸੀਂ ਮਨ ਮਾਰਨਾ ਕਹਿ ਦੇਣੇ ਹਾਂ। ਅਤੇ ਜਿੰਨਾ ਚਿਰ ਮਨ ਨਾ ਮਰੇ ਉਨ੍ਹਾਂ ਚਿਰ ਤਰਦਾ ਨਹੀਂ, ਕਿਉਂਕਿ ਪਾਣੀ ਦਾ ਇੱਕ ਸੁਭਾਅ ਹੈ, ਅਸਾਂ ਸਾਰਿਆਂ ਵੇਖਿਆ ਹੋਣਾ। ਪਾਣੀ ਦੇ ਵਿੱਚ ਜੀਵਤ ਜੀਵ ਡੁੱਬਦਾ ਹੈ ਅਤੇ ਮਰਿਆ ਹੋਇਆ ਤਰਦਾ ਹੈ, ਇਹ ਕੁਦਰਤੀ ਸੁਭਾਵਕ ਹੈ। ਜੀਵਤ ਅਗਰ ਜੀਵ ਹੈ, ਉਹੀ ਜੀਵ ਜੀਵਿਤ ਹੈ ਅਤੇ ਡੁੱਬ ਰਿਹਾ ਹੈ, ਅਤੇ ਮਰ ਜਾਂਦਾ ਹੈ ਅਤੇ ਤਰ ਜਾਂਦਾ ਹੈ, ਜਦਕਿ ਵਜ਼ਨ ਵੱਧ ਜਾਂਦਾ ਹੈ। ਲਾਸ਼ਾਂ ਤਰਦੀਆਂ ਨੇ, ਭਾਵੇਂ ਮਨੁੱਖਾਂ ਦੀਆਂ ਹੋਣ ਅਤੇ ਭਾਵੇਂ ਪਸ਼ੂਆਂ ਦੀਆਂ ਹੋਣ, ਉਹੀ ਮਨੁੱਖ ਅਤੇ ਉਹੀ ਪਸ਼ੂ ਜੀਵਿਤ ਹੈ, ਤਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਡੁੱਬ ਜਾਂਦਾ ਹੈ। ਹਾਂ, ਅਤੇ ਜਾਂ ਤਾਂ ਤਰਨਾ ਸਿੱਖ ਲਵੇ ਅਤੇ ਤਰ ਜਾਂਦਾ ਹੈ, ਪਰ ਤਰਨਾ ਸਿੱਖਿਆ ਹੋਇਆ ਮਨੁੱਖ ਵੀ ਡੁੱਬ ਜਾਂਦਾ ਹੈ ਇੱਕ ਲੰਬੇ ਸਮੇਂ ਬਾਅਦ, ਪਰ ਜਦੋਂ ਪੂਰਨ ਤੌਰ 'ਤੇ ਮਰ ਜਾਂਦਾ ਹੈ ਅਤੇ ਤਰ ਜਾਂਦਾ ਹੈ। ਸ਼ਾਇਦ ਪਾਣੀ ਦੇ ਇਸੇ ਹੀ ਸੁਭਾਵਕ ਸੰਕਲਪਿਤ ਕੁਦਰਤੀ ਨਜ਼ਾਰੇ ਨੂੰ ਤੱਕ ਕੇ ਭਗਤਾਂ ਨੇ ਅਤੇ ਗੁਰਮੁਖਾਂ ਨੇ ਇਹ ਸੰਕਲਪ ਦਿੱਤਾ ਹੈ ਕਿ ਜੇ ਭਵਸਾਗਰ ਤੋਂ ਤਰਨਾ ਹੈ ਤਾਂ ਤੈਨੂੰ ਮਰਨਾ ਪੈਣਾ। ਲਗਭਗ ਬਾਣੀ ਵਿੱਚ ਇਹੋ ਜਿਹਾ ਸੰਕਲਪ ਹੈ, ਭਵਜਲ ਤੋਂ ਤਰਨਾ ਹੈ ਅਤੇ ਤੈਨੂੰ ਮਰਨਾ ਪਏਗਾ। ਅਸੀਂ ਇੱਕ ਵਚਨ ਪੜ੍ਹਦੇ ਹੁੰਦੇ ਹਾਂ, ਭਵਜਲ ਬਿਨ ਸ਼ਬਦ ਹੈ ਕਿਉਂ ਤਰੀਆ ਹੈ, ਕਿਉਂਕਿ ਤਰਨ ਵਾਸਤੇ ਤੈਨੂੰ ਕੋਈ ਸਾਧਨ ਚਾਹੀਦਾ ਹੈ, ਉਹ ਸਾਧਨ ਸ਼ਬਦ ਹੈ। ਸ਼ਬਦ ਕੀ ਕਰਦਾ ਹੈ? ਸ਼ਬਦ ਸਾਡੇ ਅੰਦਰ ਦੀ ਬੁਰਾਈ ਨੂੰ ਮਾਰ ਦਿੰਦਾ ਹੈ, ਕਿਉਂਕਿ ਸ਼ਬਦ ਦੇ ਵਿੱਚ ਗਿਆਨ ਹੈ, ਸ਼ਬਦ ਵਿੱਚ ਅੰਮ੍ਰਿਤ ਹੈ ਅਤੇ ਸ਼ਬਦ ਵਿੱਚ ਨਾਮ ਹੈ। ਅੱਜ ਥੋੜ੍ਹੇ ਜਿਹੇ ਸਮੇਂ 'ਚ ਆਪ ਜੀ ਨੇ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ। ਇੱਕ, ਕਿਉਂਕਿ ਅੱਜ ਦਸਤਾਰ ਦਿਵਸ ਵੀ ਅਸੀਂ ਮਨਾ ਰਹੇ ਹਾਂ, ਸਮਾਜਿਕ ਤੌਰ 'ਤੇ ਅਸੀਂ ਦਸਤਾਰ ਦਿਵਸ ਦੀਆਂ ਗੱਲਾਂ ਕਰ ਰਹੇ ਹਾਂ, ਅਤੇ ਪਿਛਲੇ ਕਈ ਸਮੇਂ ਤੋਂ ਲਗਾਤਾਰ ਅਸੀਂ ਬੈਠੇ ਹਾਜ਼ਰੀਆਂ ਭਰ ਰਹੇ ਹਾਂ, ਕਿਉਂਕਿ ਦਿਨ ਖਾਲਸਾ ਸਾਜਨਾ ਦਾ ਹੈ। ਅਤੇ ਖਾਲਸਾ ਕੌਣ ਬਣਦਾ ਹੈ? ਅੱਜ ਨਿੱਕੀ ਜਿਹੀ 'ਤੇ ਗੱਲ ਸਾਂਝੀ ਕਰਦੇ ਹਾਂ। ਪਿਛਲੇ ਵਿਚਾਰਾਂ 'ਚ ਇੱਕ ਸੰਕੇਤਕ ਵਿਚਾਰ ਆਪ ਵਾਸਤੇ ਛੱਡੀ ਸੀ ਕਿ ਖਾਲਸਾ ਕੌਣ ਬਣਦਾ ਹੈ। ਅਸੀਂ ਬਹੁਤ ਯਤਨ ਕਰਦੇ ਹਾਂ, ਨਾਵਾਂ ਦੇ ਨਾਲ ਖਾਲਸਾ ਲਿਖ ਲੈਂਦੇ ਹਾਂ, ਅਸੀਂ ਕਹਿੰਦੇ ਹਾਂ ਖਾਲਸਾ ਜਥੇਬੰਦੀ ਹੈ, ਮੈਂ ਵੀ ਖਾਲਸਾ ਤੂੰ ਵੀ ਖਾਲਸਾ, ਪਰ ਕੀ ਇੱਦਾਂ ਖਾਲਸਾ ਬਣ ਜਾਈਦਾ ਹੈ? ਮਹਾਰਾਜ ਜੀ ਦਾ ਜੋ ਕਰਤੱਵ ਹੈ, ਜਿਹਦਾ ਜ਼ਿਕਰ ਆਪਾਂ ਵਾਰ ਵਾਰ ਕਰ ਰਹੇ ਹਾਂ ਵਿਸਾਖੀ ਵਾਲੇ ਕਰਤੱਵ 'ਤੇ, ਜਿਸ 'ਤੇ ਬਾਬਤ ਭਾਈ ਗੁਰਦਾਸ ਸਾਹਿਬ ਜੀ ਦੂਜੇ ਨੇ ਜ਼ਿਕਰ ਕੀਤਾ, ਜੋ ਕੀਰਤਨ 'ਚ ਅੱਜ ਬਹੁਤ ਵਾਰ ਗਾਇਆ ਗਿਆ ਹੋਣਾ ਹੈ, ਗੁਰਸੰਗਤ ਕੀਨੀ ਖਾਲਸਾ। ਗੁਰੂ ਸੰਗਤ ਨੂੰ ਖਾਲਸਾ ਬਣਾ ਦਿੱਤਾ ਗਿਆ। ਇਹ ਜ਼ਿਕਰ ਆਪਾਂ ਪਿਛਲੇ ਦਿਵਸ, ਗੁਰਸੰਗਤ 'ਚ ਇੱਕ ਗੈਪ ਸੀਗਾ, ਖਾਲਸਾ ਅਲੱਗ ਸੀ, ਸੰਗਤ ਮੇਲੀ ਕਰਕੇ ਅਲੱਗ ਸੀ, ਦੋ ਕੈਟਾਗਰੀਆਂ ਬਣ ਜਾਣੀਆਂ ਸੀ। ਅੱਜ ਵੀ ਸਾਡੇ 'ਚ ਹੈਗੀਆਂ ਨੇ,
ਕਿਉਂਕਿ ਜਿਹੜੇ ਬੀਜ ਕਈ ਵਾਰ ਗਲਤ ਫਹਿਮੀ ਦੇ ਨਾਲ ਜਾਂ ਕਿਸੇ ਤਰੀਕੇ ਦੇ ਨਾਲ ਵਿਚਾਰਕ ਪੈ ਜਾਂਦੇ ਨੇ ਉਹ ਬਣੇ ਹੀ ਰਹਿੰਦੇ ਨੇ। ਲੱਖ ਮਿਟਾ ਦਿਓ ਦਾਗ ਨਹੀਂ ਜੇ ਮਿਟਦੇ, ਨਾ ਉਹ ਵਿਚਾਰਾਂ ਦੇ ਕੌਮਾਂ ਦੇ ਵਿੱਚ ਸਮਾਜ ਵਿੱਚ ਲਕੀਰ ਪੈ ਜਾਏ ਤਾਂ ਪਈ ਰਹਿੰਦੀ। ਅੱਜ ਵੀ ਸਾਡੇ ਵਿੱਚ ਅਸਾਂ ਵੰਡ ਪਾਈ ਹੈ, ਆਹ ਦੇਖੋ ਜੀ ਆਹ ਸਹਿਜ ਧਾਰੀ ਹੈ, ਆਹ ਸਿੱਖ ਨੇ, ਆਹ ਗੁਰਸਿੱਖ ਨੇ, ਆਹ ਖਾਲਸੇ ਨੇ, ਅਸੀਂ ਵੰਡ ਪਾਈ ਹੈ ਨਾ। ਜਦਕਿ ਸ਼ਬਦ ਕੇਵਲ ਇੱਕ ਹੀ ਹੋਣਾ ਚਾਹੀਦਾ ਸੀ, ਸਿੱਖ ਹੈ, ਪਰ ਅਸਾਂ ਵੰਡ ਪਾਈ ਹੈ, ਆਹ ਸਹਿਜ ਧਾਰੀ ਹੈ, ਦੂਜਾ ਹੈ, ਤੀਜਾ ਹੈ। ਅਸੀਂ ਸ਼੍ਰੇਣੀਆਂ ਤੋਂ ਬਾਜ ਨਹੀਂ ਆਉਂਦੇ। ਉਹ ਸਾਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰਨਾ ਚਾਹੁੰਦੇ ਨੇ, ਪਰ ਅਸੀਂ ਬੰਧਨਾਂ ਨੂੰ ਗਹਿਣੇ ਬਣਾ ਕੇ ਗਲ ਪਾਈ ਫਿਰਦੇ। ਅਤੇ ਜਦੋਂ ਕੋਈ ਬੰਧਨਾਂ ਨੂੰ ਗਹਿਣੇ ਬਣਾ ਲਵੇ ਤਾਂ ਉਹਨੂੰ ਆਜ਼ਾਦ ਕਰਨਾ ਬੜਾ ਮੁਸ਼ਕਲ ਹੈ। ਆਪ ਤਾਂ ਸਿਆਣੇ ਹੋ, ਐਜੂਕੇਸ਼ਨ ਆਪ ਦੇ ਕੋਲ ਬਹੁਤ ਹੈ, ਬਹੁਤ ਵੱਡੇ ਵੱਡੇ ਵਿਦਵਾਨਾਂ ਨੂੰ ਆਪਣੇ ਸੁਣਿਆ। ਅਗਰ ਕੋਈ ਗਹਿਣਿਆਂ ਨੂੰ ਗਹਿਣੇ ਦੀ ਨਜ਼ਰ ਦੇਖਦਾ ਹੈ ਤਾਂ ਅਲੱਗ ਚੀਜ਼ ਹੈ, ਅਤੇ ਅਗਰ ਕੋਈ ਬੇੜੀਆਂ ਨੂੰ ਬੰਧਨਾਂ ਨੂੰ ਹੀ ਆਪਣਾ ਗਹਿਣਾ ਬਣਾ ਲਵੇ ਤਾਂ ਅਲੱਗ ਚੀਜ਼ ਹੈ। ਕੁਝ ਬੰਧਨ ਐਸੇ ਨੇ, ਕੁਝ ਬੇੜੀਆਂ ਐਸੀਆਂ ਨੇ ਜੋ ਵਿਚਾਰਾਂ ਦੀਆਂ, ਸੰਕਲਪਾਂ ਦੀਆਂ, ਕਿਰਿਆਵਾਂ ਦੀਆਂ, ਸਾਡੀਆਂ ਧਾਰਨਾਵਾਂ ਦੀਆਂ, ਸਾਡੀਆਂ ਮਨੌਤਾਂ ਦੀਆਂ, ਜੋ ਸਦੀਆਂ ਤੋਂ ਸਾਡੇ 'ਤੇ ਪਈਆਂ ਨੇ ਅਤੇ ਅਸੀਂ ਉਹਨਾਂ ਨੂੰ ਆਪਣਾ ਗਹਿਣਾ ਮੰਨ ਬੈਠੇ। ਇਸ ਤੋਂ ਬਿਨਾਂ ਹੋ ਹੀ ਨਹੀਂ ਸਕਦਾ ਜੀ, ਇਸ ਤੋਂ ਬਿਨਾਂ ਅਸੀਂ ਇਹਦੇ ਸੰਕਲਪ ਤੋਂ ਬਿਨਾਂ ਕਿਵੇਂ ਗੱਲ ਕਰ ਸਕਦੇ ਹੋ? ਮੈਂ ਇੱਥੇ ਉਹਨਾਂ ਦੀ ਚਰਚਾ ਨਹੀਂ ਕਰ ਸਕਦਾ ਕਿਉਂਕਿ ਸਮਾਂ ਸੀਮਿਤ ਜਿਹਾ ਹੈ। ਬਹੁਤ ਸਾਰੇ ਸੰਕਲਪ, ਬਹੁਤ ਸਾਰੀ ਗੱਲਾਂ ਐਸੀਆਂ ਨੇ ਜਿਹਨੂੰ ਤਿਆਗਣ ਦੀ ਗੱਲ ਹਮੇਸ਼ਾ ਨਵੀਨ ਪੀੜ੍ਹੀ ਕਰਦੀ ਰਹਿੰਦੀ ਹੈ, ਹਮੇਸ਼ਾ ਹੀ ਸਦੀਆਂ ਤੋਂ ਲੈ ਕੇ ਅੱਜ ਤੱਕ ਨਵੀਨ ਪੀੜ੍ਹੀ ਅਤੇ ਪੁਰਾਤਨ ਪੀੜ੍ਹੀ ਦਾ ਇੱਕ ਸੰਘਰਸ਼ ਚੱਲਦਾ ਰਹਿੰਦਾ, ਨਵਿਆਂ ਅਤੇ ਪੁਰਾਣਿਆਂ ਦਾ ਇੱਕ ਸੰਘਰਸ਼ ਚੱਲਦਾ ਰਹਿੰਦਾ। ਸਦਾ ਨਵੀਨ ਨੌਜਵਾਨ ਪੁੱਛਦਾ ਹੈ ਇਹ ਕਿਉਂ, ਤੁਹਾਨੂੰ ਪੁੱਛਦਾ ਹੋਣਾ ਇਹ ਕਿਉਂ, ਇਹ ਕੀ ਕਰਦੇ ਪਏ ਹੋ, ਇਹ ਕਿਉਂ ਕਰਦੇ ਪਏ ਹੋ। ਬਹੁਤ ਸਾਰੇ ਰਸਮ ਕਹਿ ਦਿੰਦੇ ਆਪਾਂ, ਰਿਵਾਜ਼ ਕਹਿ ਦਿੰਦੇ ਹਾਂ, ਇਹ ਕਿਉਂ ਕਰਦੇ ਪਏ ਹੋ, ਇਹ ਕੀ ਕਰਦੇ ਪਏ ਹੋ। ਮੈਂ ਤਾਂ ਨਹੀਂ ਮੰਨਦਾ। ਜਦੋਂ ਉਹ ਕਹਿੰਦਾ ਮੈਂ ਨਹੀਂ ਮੰਨਦਾ, ਉਦੋਂ ਪਰਿਵਾਰ 'ਚ ਦੁਆਇਸ਼ ਖਿੱਚਾਤਾਣੀ ਸ਼ੁਰੂ ਹੁੰਦੀ ਹੈ, ਫਿਰ ਅਸੀਂ ਉਹ 'ਤੇ ਆਪਣੇ ਪਰਿਵਾਰ ਦਾ, ਸਮਾਜ ਦਾ, ਧਰਮ ਦਾ, ਦੁਨੀਆਂ ਭਰ ਦਾ ਦਬਾਅ ਪਾ ਕੇ ਉਸਨੂੰ ਅਸੀਂ ਆਪਣੀ ਗੱਲ ਮਨਾ ਲਈਦੇ ਹਾਂ। ਇੱਕਾ ਦੁੱਕਾ ਹੁੰਦਾ ਉਹਨਾਂ ਦੇ ਵਿੱਚੋਂ ਜੋ ਕਹਿੰਦਾ ਮੈਂ ਨਹੀਂ ਮੰਨਦਾ, ਉਹਨਾਂ ਵਿੱਚੋਂ ਇੱਕ ਗੁਰੂ ਨਾਨਕ ਹੈ, ਉਹਨਾਂ ਵਿੱਚੋਂ ਇੱਕ ਗੁਰੂ ਨਾਨਕ ਹੈ। ਜਦੋਂ 9 ਸਾਲ ਦੀ ਅਵਸਥਾ 'ਤੇ ਪਰਿਵਾਰ ਨੇ ਇਕੱਠੇ ਹੋ ਕੇ ਕਿਹਾ ਸੀ ਆਹ ਇੱਕ ਪਰਿਵਾਰਕ ਕਿਰਿਆ ਕਰਨੀ ਹੈ, ਉਹਨੇ ਪੁੱਛਿਆ ਸੀ ਕਿਉਂ। ਅੱਜ ਅਗਰ ਮੈਥੋਂ ਤੁਹਾਥੋਂ ਕੋਈ ਬੱਚਾ ਪੁੱਛਦਾ ਹੈ ਇਹ ਕਿਰਿਆ ਕਿਉਂ ਕਰਦੇ ਹੋ, ਅਸੀਂ ਕਹਿੰਦੇ ਜੀ ਸਾਡਾ ਤਾਂ ਧਰਮ ਕਹਿੰਦਾ। ਚਿੱਤਰਨਾ ਅਸੀਂ ਉੱਥੇ ਹੀ ਖਲੋਤੇ ਹਾਂ ਜਿੱਥੇ ਉਸ ਵਕਤ ਦਾ ਬੰਦਾ ਖਲੋਤਾ ਸੀ, ਅਤੇ ਸਾਡਾ ਬੱਚਾ ਵੀ ਲਗਭਗ ਕਮਜ਼ੋਰ ਹੈ, ਉੱਥੇ ਹੀ ਖਲੋਤਾ ਹੈ, ਪਰ ਉਹ ਇੱਕ ਵਾਰ ਕਿਉਂ ਪੁੱਛ ਕੇ ਵਿਚਾਰ ਦੱਬ ਜਾਂਦਾ ਹੈ, ਨਹੀਂ ਤਾਂ ਫਿਰ ਭੱਜ ਜਾਂਦਾ ਹੈ, ਕਿਸੇ ਹੋਰ ਪਾਸੇ ਤੁਰ ਜਾਂਦਾ।
ਇਹਨਾਂ ਹੀ ਬੰਧਨਾਂ ਤੋਂ ਗੁਰੂ ਨੇ ਆਜ਼ਾਦ ਕੀਤਾ ਹੈ। ਜੋ ਸਿੱਖੇ ਨਾ ਸਤਿਗੁਰ ਬੰਦੀ ਛੋੜ ਹੈ, ਆਪਾਂ ਪੜ੍ਹਦੇ ਸਤਿਗੁਰ ਬੰਦੀ ਛੋੜ ਹੈ। ਬੰਦੀ ਛੋੜ ਅਤੇ ਕੌਤਕ ਇੱਕ ਵਾਰ ਗਵਾਲੀਅਰ 'ਚ ਹੋਇਆ ਨਾ। ਦਰਅਸਲ ਸਤਿਗੁਰ ਬੰਦੀ ਛੋੜ ਹੈ ਕਿਹਨਾਂ ਤੋਂ? ਬੰਧਨ ਅਤੇ ਛੁਟਕਾਵਾ। ਕਿਹੜੇ ਬੰਧਨਾਂ ਤੋਂ? ਜਿਹੜੇ ਸਾਡੇ 'ਤੇ ਸਮਾਜ ਤੌਰ 'ਤੇ ਅਤੇ ਖਾਸ ਕਰਕੇ ਸਾਡੇ 'ਤੇ ਅਸੀਂ ਚਲੋ ਮਾਇਆ ਦੇ ਬੰਧਨ ਕਹਿ ਦੇ ਹੁੰਦੇ ਹਾਂ। ਮਾਇਆ ਦੇ ਬੰਧਨ ਇੰਨੇ ਵੱਡੇ ਦੁਖਦਾਈ ਨਹੀਂ ਜੇ ਜਿੰਨੇ ਵੱਡੇ ਦੁਖਦਾਈ ਸਾਡੀ ਕੁਰੀਤੀਆਂ ਦੇ ਬੰਧਨ ਹੁੰਦੇ ਨੇ, ਸਮਾਜਿਕ ਮਾਨਤਾਵਾਂ ਦੇ ਬੰਧਨ ਹੁੰਦੇ ਨੇ। ਅਤੇ ਉਹਨਾਂ ਸਮਾਜਿਕ ਮਾਨਤਾਵਾਂ ਨੂੰ ਜਦੋਂ ਅਸੀਂ ਧਾਰਮਿਕਤਾ ਦਾ ਰੰਗ ਦੇ ਦਿੰਦੇ ਹਾਂ, ਉਹ ਬੰਧਨ ਅਧਿਆਤਮ ਦੇ ਵਿੱਚ ਸਭ ਤੋਂ ਵੱਡੇ ਦੁਖਦਾਈ ਮੰਨੇ ਜਾਂਦੇ ਨੇ। ਔਰ ਥੋੜ੍ਹਾ ਜਿਹਾ ਚੇਤਨ ਵਿਅਕਤੀ ਉਸੇ ਬੰਧਨ ਨੂੰ ਤੋੜਨ ਲਈ ਛਟਪਟਾਉਂਦਾ ਰਹਿੰਦਾ। ਅੰਮ੍ਰਿਤ ਦਾ ਮਤਲਬ ਇਹ ਹੈ ਕਿ ਸਾਰੇ ਬੰਧਨਾਂ ਤੋਂ ਮੁਕਤ ਹੋ ਗਿਆ, ਪਰ ਅਸੀਂ ਅੰਮ੍ਰਿਤ ਨੂੰ ਹੀ ਬੰਧਨ ਬਣਾ ਦਿੱਤਾ। ਅਫਸੋਸ ਹੈ ਇਸ ਗੱਲ ਦਾ, ਹੈਫ ਹੈ, ਅਸੀਂ ਅੰਮ੍ਰਿਤ ਨੂੰ ਹੀ ਬੰਧਨ ਬਣਾ ਦਿੱਤਾ, ਹਊਆ ਬਣਾ ਕੇ ਰੱਖ ਦਿੱਤਾ ਲੋਕਾਂ ਦੇ ਅੱਗੇ। ਪਿਛਲੇ 40-50 ਸਾਲਾਂ ਤੋਂ, ਬਲਕਿ ਜ਼ਿਆਦਾ ਲੰਬੇ ਰਹੇ ਸਾਲਾਂ ਤੋਂ, ਅੰਮ੍ਰਿਤ ਨੂੰ ਇੱਕ ਹਊਆ ਬਣਾ ਕੇ ਪੇਸ਼ ਕੀਤਾ ਗਿਆ। ਨਾ 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 ਨਾ, ਤੇਰੇ ਤੋਂ ਨਹੀਂ ਰਹਿਤ ਨਿਭਣੀ, ਨਾ 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 ਨਾ, ਤੂੰ ਨਾ ਅੰਮ੍ਰਿਤ ਛੱਕ ਲਈ, ਨਾ ਤੁਸੀਂ ਨਹੀਂ ਕਰ ਸਕਦੇ। ਸਾਨੂੰ ਦੱਸਿਆ ਜਾਂਦਾ, ਅੱਜ ਵੀ ਕੋਈ ਬੱਚਾ ਇੱਥੇ ਆ ਜਾਏ ਅਤੇ ਮੇਰੇ ਵਰਗਾ ਵਿਅਕਤੀ ਜੋ ਆਪਣੇ ਆਪ ਨੂੰ ਧਾਰਮਿਕ ਆਗੂ ਕਹਿ ਰਿਹਾ, ਨਾ ਨਾ ਤੇਰੇ ਵਾਸਤੇ ਗੱਲ ਨਹੀਂ ਬੇਟਾ, ਤੂੰ ਨਹੀਂ ਛੱਕ ਸਕਦਾ, ਅੰਮ੍ਰਿਤ ਨਿਭਾਉਣਾ ਬੜਾ ਔਖਾ ਹੀ। ਤੂੰ ਇਸ ਅੰਦਾਜ਼ ਵਿੱਚ ਉਹਨੂੰ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਨਿਭਾਉਣਾ ਬੜਾ ਔਖਾ ਹੀ, ਉਹ 70 ਸਾਲ ਤੱਕ ਹੀ ਸੋਚਦਾ ਰਹਿੰਦਾ ਕਿ ਅੰਮ੍ਰਿਤ ਨਿਭਾਉਣਾ ਬੜਾ ਔਖਾ ਹੈ। ਅਸੀਂ ਗੱਲਾਂ ਉਹਦੇ ਦਿਮਾਗ 'ਚ ਫੀਡ ਕਰ ਦਿੱਤੀਆਂ, ਜਦਕਿ ਇਹ ਕਹਿੰਦੇ ਨੇ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਇੱਕ ਯਾਤਰਾ ਹੈ, ਇੱਕ ਐਜੂਕੇਸ਼ਨ ਹੈ, ਇੱਕ ਤਰੀਕਾ ਹੈ, ਇੱਕ ਸਿਸਟਮ ਹੈ, ਤੂੰ ਇਹਦੇ ਰਾਹ ਤੁਰ, ਤੈਨੂੰ ਸਾਰਾ ਕੁਝ ਮਿਲੇਗਾ। ਖੈਰ, ਅੰਮ੍ਰਿਤ ਸਾਨੂੰ ਪ੍ਰਾਪਤ ਕਰਨਾ ਹੈ, ਅੰਮ੍ਰਿਤ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਅੰਮ੍ਰਿਤ ਤੋਂ ਬਿਨਾਂ ਸਾਡੀ ਮੁਕਤੀ ਨਹੀਂ। ਅਤੇ ਜੇ ਅੰਮ੍ਰਿਤ ਨਾ ਮਿਲਿਆ ਤਾਂ ਮਰ ਜਾਵਾਂਗੇ। ਅੰਮ੍ਰਿਤ ਦਾ ਮਤਲਬ ਹੀ ਹੈ ਆ ਮ੍ਰਿਤ, ਅੱਜ ਤਾਂ ਬਹੁਤ ਸੋਹਣੀ ਹਿੰਦੀ ਪੜ੍ਹਦੇ ਹੋ, ਹਿੰਦੀ ਬੋਲਦੇ ਹੋ, ਆ ਮ੍ਰਿਤ, ਆ ਪਲੱਸ ਮ੍ਰਿਤ, ਜਿੱਥੇ ਮੌਤ ਨਹੀਂ ਹੈ ਉੱਥੇ ਅੰਮ੍ਰਿਤ ਹੈ। ਔਰ ਸਾਡੇ 'ਚੋਂ ਹਰ ਕੋਈ ਜੀ ਮਰਨਾ ਨਹੀਂ ਚਾਹੁੰਦਾ। ਗੁਰਮਤਿ ਦਰਸ਼ਨ ਦਾ ਇੱਕ ਬਹੁਤ ਬਾਰੀਕ ਸੰਕਲਪ ਹੈ, ਆਪਦੀ ਨਜ਼ਰ ਕਰਦਿਆਂ ਗੁਰਸਿੱਖ ਦਾ ਜੋ ਡੈਸਟੀਨੇਸ਼ਨ ਹੈ ਨਾ, ਉਹ ਵੀ ਇਹੀ ਹੈ, ਮੈਂ ਨਹੀਂ ਜਿਵਾਂਗਾ, ਮੌਤ ਤੋਂ ਮੁਕਤ ਹੋਣਾ। ਅਸੀਂ ਕਿਸ ਕਿਸ ਰੂਪ 'ਚ ਵਿਆਖਿਆ ਕਰਦੇ ਹਾਂ ਆਪੋ ਆਪਣਾ ਹੋਏਗਾ, ਮੈਂ ਟਿੱਪਣੀ ਨਹੀਂ ਕਰ ਸਕਦਾ। ਪਰ ਗੁਰਮਤਿ ਦਾ ਜੋ ਸੰਕਲਪ ਜਿੱਥੇ ਪਹੁੰਚਣਾ ਹੈ ਸਾ ਨੇ, ਉੱਥੇ ਇਹ ਪਹੁੰਚਣਾ ਹੈ ਕਿ ਇੱਕ ਦਿਨ ਆਵੇ ਸਾਡੇ 'ਚੋਂ ਗੁਰਸਿੱਖ ਬਾਂਹ ਉਲਾਰ ਕੇ ਕਹੇ, ਮੈਂ ਨਾ ਮਰਾਂ, ਮਰਬੋ ਸੰਸਾਰਾ, ਮੈਂ ਨਹੀਂ ਜੇ ਮਰਦਾ, ਜ਼ੋਰ ਲਾ ਲਓ, ਮੈਂ ਨਹੀਂ ਜੇ ਮਰਦਾ। ਇਹ ਕੌਣ ਕਹਿ ਪਾਏਗਾ ਜਿਹਦੇ ਅੰਦਰ ਅੰਮ੍ਰਿਤ ਹੋਏਗਾ? ਕਿਉਂਕਿ ਸਾਡੇ ਅੰਦਰ ਮੌਤ ਹੈ, ਸਾਡੇ ਅੰਦਰ ਮੌਤ ਹੈ, ਇੱਕ ਦੇ ਅੰਦਰ ਮੌਤ ਨਹੀਂ ਹੈ।
ਗੁਰਸਿੱਖ ਦੇ ਅੰਦਰ ਮੌਤ ਨਹੀਂ ਹੈ, ਗੁਰਸਿੱਖੀ ਵਿੱਚ ਮੌਤ ਨਹੀਂ ਹੈ, ਗੁਰਸਿੱਖ ਦੀ ਮੌਤ ਨਹੀਂ ਹੈ। ਇਸੇ ਕਰਕੇ ਅਸੀਂ ਕਹਿੰਦੇ ਅੰਮ੍ਰਿਤ ਪੀਆ ਸਤਿਗੁਰ ਦੀਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇੱਕ ਬੜਾ ਪਿਆਰਾ ਵਚਨ, ਗੁਰ ਅੰਮ੍ਰਿਤ, ਗੁਰੂ ਨੇ ਅੰਮ੍ਰਿਤ ਮੁੱਖ ਚੋ ਦਿੱਤਾ ਹੈ, ਗੁਰੂ ਨੇ ਅੰਮ੍ਰਿਤ ਮੁੱਖ ਚੋਇਆ ਤਾਂ ਕੀ ਹੋਇਆ? ਇੱਕ ਦੇ ਸਮਾਂ ਪਾਇਆ ਲੱਗੇ ਆਪ ਜੀ ਨੂੰ ਪੜ੍ਹਨਾ, ਬੜੇ ਸ਼ਬਦ ਐਸੇ ਮਿਲਣਗੇ ਜਿਸ ਕੇ ਮਰਦਾ ਬਹੁੜ ਜੀਵਾਇਆ ਰਾਮ, ਮਰਦੇ ਮਰਦ ਨੂੰ ਜੀਵਿਤ ਕਰਤਾ, ਲੋਕ ਸੰਜੀਵਨੀ ਕਹਿੰਦੇ ਨੇ, ਅੰਮ੍ਰਿਤਾਰਾ ਕਹਿੰਦੇ, ਕੀ ਕਹਿੰਦੇ ਨੇ, ਸ਼ਬਦ ਅਲੱਗ ਅਲੱਗ ਹੋਣਗੇ, ਪਰ ਸੱਚ ਇਹ ਕਿ ਜਦੋਂ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ ਤਾਂ ਉਹਦੀ ਨਿਸ਼ਾਨੀ ਬਾਹਰ ਨਹੀਂ ਜੇ ਮਿਲਦੀ, ਉਹਦੀ ਨਿਸ਼ਾਨੀ ਮਿਲਦੀ ਹੈ ਕਿ ਉਹਦੇ ਉੱਤੋਂ ਮੌਤ ਦਾ ਗਲਬਾ ਉਤਰ ਜਾਂਦਾ। ਹੁਣ ਉਹ ਮਰ ਨਹੀਂ ਸਕਦਾ, ਉਹਨੂੰ ਕੋਈ ਮਾਰ ਨਹੀਂ ਸਕਦਾ, ਜਿਹਨੂੰ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ ਉਹਨੂੰ ਮੌਤ ਨਹੀਂ ਮਾਰ ਸਕਦੀ, ਕਿਉਂਕਿ ਉੱਥੇ ਮੌਤ ਮਿਟਦੀ ਹੈ, ਮੌਤ ਮਰਦੀ, ਮੌਤ ਮਿਟਦੀ ਹੈ। ਉਹ ਅੰਮ੍ਰਿਤ ਕਿੱਥੇ ਹੈ? ਉਹ ਅੰਮ੍ਰਿਤ ਸਾਡੇ ਅੰਦਰ ਹੈ। ਫਿਜ਼ੀਕਲ ਆਪਰੇਸ਼ਨ ਕਰਕੇ ਦੇਖੋਗੇ ਕੁਝ ਨਹੀਂ ਜੇ ਲੱਭਣਾ, ਇੱਥੇ ਸਰੀਰਕ ਗੱਲਾਂ ਨਹੀਂ ਗੀਆਂ। ਆਪ ਤੇ ਸਿਆਣੇ ਬਾਣੀ ਦੇ ਪਾਠਕ ਹੋ, ਗੁਰਬਾਣੀ ਸਰੀਰਕ ਗੱਲਾਂ ਨਹੀਂ ਜੇ ਕਰਦੀ, ਨਾ ਇੱਥੇ ਕਿਸੇ ਦੇ ਸਰੀਰ ਦੇ ਵਿਗਿਆਨ ਦੀ ਕੋਈ ਚਰਚਾ ਹੈ, ਨਾ ਇੱਥੇ ਸਰੀਰ ਦੇ ਕਿਸੇ ਲਿਬਾਸ ਦੀ ਚਰਚਾ ਹੈ, ਨਾ ਇੱਥੇ ਸਰੀਰ ਦੀ ਖੁਰਾਕ ਦੀ ਬਹਿਸ ਹੈ, ਬਲਕਿ ਸਾਨੂੰ ਤਾਂ ਖੁੱਲ੍ਹ ਦਿੱਤੀ ਹੈ, ਦੋ ਲਾਈਨਾਂ ਦਿੱਤੀਆਂ ਨੇ, ਉਹ ਸਭ ਕੁਝ ਤੂੰ ਖਾ ਸਕਦਾ ਹੈ ਜਿਹਦੇ ਖਾ ਕੇ ਤੂੰ ਬਿਮਾਰ ਨਾ ਹੋਵੇ। ਚੇਤਾ ਰੱਖੀਂ ਅਗਰ ਤੂੰ ਬਿਮਾਰ ਹੋ ਜਾਏ ਤਾਂ ਨਾ ਖਾਵੇ। ਅੱਜ ਵੀ ਡਾਕਟਰ ਕਹਿੰਦੇ ਨੇ ਬਿਮਾਰ ਨਾ ਹੋਵੇ ਬਸ ਖਾ ਲੈ। ਸਾਡੇ 'ਚੋਂ ਸਮੇਤ ਮੇਰੇ ਬਹੁਤ ਸਾਰੇ ਜੀਓ ਮਿੱਠਾ ਨਹੀਂ ਜੇ ਖਾਂਦੇ, ਜਦਕਿ ਸਭ ਤੋਂ ਚੰਗੀ ਚੀਜ਼ ਲੱਗਦੀ ਹੈ, ਬਚਪਨ ਤੋਂ ਲੈ ਕੇ ਮਿੱਠੇ ਦਾ ਸਵਾਦ ਬੜਾ ਚੰਗਾ ਹੈ, ਪਰ ਸਾਨੂੰ ਡਾਕਟਰ ਨੇ ਕੀ ਲਿਖ ਕੇ ਦਿੱਤਾ ਹੈ? ਮਿੱਠਾ ਨਾ ਖਾਇਓ, ਸ਼ੂਗਰ ਵੱਧ ਜਾਏਗੀ, ਮਰ ਜਾਓਗੇ। ਮਰਨ ਦੇ ਡਰ ਨੇ ਸਾਡਾ ਮਿੱਠਾ ਛੁਡਾ ਦਿੱਤਾ ਹੈ, ਮਰਨ ਦੇ ਡਰ ਨੇ ਘਿਓ ਛੁਡਾ ਦਿੱਤਾ ਹੈ, ਮਰਨ ਦੇ ਡਰ ਨੇ ਮੈਦਾ ਛੁਡਾ ਦਿੱਤਾ ਹੈ, ਅਤੇ ਦੇਗ ਵਿੱਚ ਕੀ ਹੈ? ਇਹ ਤਿੰਨੇ ਚੀਜ਼ਾਂ, ਆਟਾ ਵੀ ਹੈ, ਘਿਓ ਵੀ ਹੈ, ਮੈਦਾ ਵੀ ਹੈ। ਅਸੀਂ ਕੀ ਕਰਦੇ? ਥੋੜ੍ਹਾ ਜਿਹਾ ਦਹੀਂ। ਕਿਤੋਂ ਡਰ ਰਹੇ ਹਾਂ? ਪ੍ਰਸ਼ਾਦ ਤਾਂ ਵੱਧ ਮੰਗਣਾ ਚਾਹੀਦਾ ਹੈ ਨਾ। ਕੋਈ ਦੌਰ ਸੀ ਅਸੀਂ ਕਹਿੰਦੇ ਸਾਂ ਹੋਰ ਦੇ, ਅਸੀਂ ਕਹਿੰਦੇ ਸਾਂ ਨਾ ਜਦ ਬਚਪਨ ਦੇ ਵਿੱਚ ਸਾਂ, ਬਾਬਾ ਇੱਕ ਵਾਰੀ ਹੋਰ ਦੇ, ਇੱਕ ਵਾਰੀ ਲੈ ਕੇ ਦੂਜੇ ਪਾਸੇ ਲੈ, ਬਾਬਾ ਹੋਰ ਦੇ। ਅਤੇ ਅੱਜ ਉਹੀ ਹੈ ਨਾ, ਪ੍ਰਸ਼ਾਦ ਵਰਤਾਨ ਵਾਲਾ ਹੱਥ ਪਾਉਂਦਾ, ਨਹੀਂ ਨਹੀਂ ਥੋੜ੍ਹਾ ਜਿਹਾ ਦਈ। ਕਿਉਂ? ਮਰਨ ਦਾ ਡਰ ਦਿਲੋਂ ਦਿਮਾਗ 'ਚ ਆ ਕੇ ਹੈ, ਇਹ 'ਚ ਮਿੱਠਾ ਬਹੁਤ ਹੈ, ਇਹ 'ਚ ਘਿਓ ਬਹੁਤ ਹੈ, ਪਰ ਇਹ ਭੁੱਲ ਗਿਆ 'ਚ ਕਿਰਪਾ ਬਹੁਤ ਹੈ। ਇਹ ਸਾਨੂੰ ਕਿਸੇ ਦੱਸਿਆ ਹੀ ਨਾ, ਇਹ ਗੱਲ ਸਮਝ ਹੀ ਨਾ ਆਈ, ਇਹਦੇ ਵਿੱਚ ਅੰਮ੍ਰਿਤ ਹੈ, ਇਹ ਕੜਾਹ ਹੀ ਨਹੀਂ ਗਾ, ਇਹ ਪ੍ਰਸ਼ਾਦ ਹੈ, ਅਸੀਂ ਥੋੜ੍ਹਾ ਜਿਹਾ ਕੜਾਹ ਖਾਣਾ ਹੈ। ਮੁਬਾਰਕਾਂ, ਰੋਟੀ ਖਾਓ, ਥੋੜ੍ਹਾ ਜਿਹਾ ਖਾਓ, ਪਰ ਹੁਣ ਜੇ ਕਹੇ ਪ੍ਰਸਾਦ ਤਾਂ ਕਹੇ ਝੋਲੀ ਭਰ ਕੇ ਦੇ, ਪ੍ਰਸਾਦ ਤਾਂ ਝੋਲੀ ਭਰ ਕੇ ਦੇ, ਤੇਰੇ ਅੱਗੇ ਝੋਲੀ ਅੱਡਦਾ ਹਾਂ, ਮੈਨੂੰ ਪ੍ਰਸਾਦ ਚਾਹੀਦਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰੇ 'ਤੇ ਕਿਰਪਾ ਕਰੋ। ਅਤੇ ਕਿਰਪਾ ਨੂੰ ਹੀ ਤਾਂ ਪ੍ਰਸਾਦ ਕਹਿੰਦੇ ਹੋ, ਗੁਰਪ੍ਰਸਾਦ ਕੀ ਹੈ? ਕਿਰਪ, ਗੁਰੂ ਕੀ ਕਿਰਪਾ ਹੀ ਤਾਂ ਹੈ। ਅੰਮ੍ਰਿਤ ਉਦੋਂ ਮਿਲਦਾ ਜੇ ਜਦੋਂ ਗੁਰੂ ਕਿਰਪਾ ਕਰਦੇ ਨੇ,
ਇਸ ਤੋਂ ਬਿਨਾਂ ਅੰਮ੍ਰਿਤ ਨਹੀਂ ਜੀ ਮਿਲਦਾ। ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਜਨ ਬਣਨਾ ਪੈਂਦਾ ਹੈ ਅਤੇ ਜਨ ਬਣਨ ਵਾਸਤੇ ਸੇਵਕ ਬਣਨਾ ਪੈਂਦਾ। ਸੇਵਕ ਸਿੱਖ ਹੁੰਦਾ ਹੈ। ਥੋੜ੍ਹੀ ਜਿਹੀ ਗੱਲ ਸੰਕੇਤ ਕਹਿ ਦਿਆਂ, ਕੱਲ੍ਹ ਇੱਥੋਂ ਗੱਲ ਸ਼ੁਰੂ ਕੀਤੀ ਸੀ, ਆਪ ਨੂੰ ਸ਼ਾਇਦ ਯਾਦ ਹੋਵੇ ਕਿ ਜਦੋਂ ਗੁਰੂ ਸਾਹਿਬ ਸਿੱਖ ਦੇ ਨੂੰ ਅੰਦਰੋਂ ਕੁਝ ਚੀਜ਼ਾਂ ਕੱਢ ਦਿੰਦੇ ਨੇ ਅਤੇ ਕੁਝ ਪਾ ਦਿੰਦੇ ਨੇ, ਗੁਰਸਿੱਖ ਲੈ ਗੁਰਸਿੱਖ ਸਦਾਇਆ, ਭਾਈ ਗੁਰਦਾਸ ਸਾਹਿਬ ਜੀ ਦੇ ਰਾਹੀਂ ਗੁਰੂ ਦੀ ਸਿੱਖਿਆ ਮਿਲੀ। ਗੁਰੂ ਦੀ ਸਿੱਖਿਆ ਲੈ ਕੇ ਇਸ ਦੇ ਅੰਦਰੋਂ ਕੁਝ ਚੀਜ਼ਾਂ ਕੱਢ ਦਿੱਤੀਆਂ। ਕੀ ਕੱਢਿਆ ਏ? ਕਾਮ, ਕ੍ਰੋਧ, ਵਿਰੋਧ, ਲੋਭ, ਮੋਹ, ਅਭਿਮਾਨ, ਤਜਾਇਆ, ਇਹ ਕੱਢ ਦਿੱਤਾ। ਦਿਮਾਗ ਦਾ ਖਾਨਾ ਖਾਲੀ ਹੋ ਗਿਆ, ਉੱਥੇ ਸੱਤ, ਸੰਤੋਖ, ਦਇਆ, ਧਰਮ, ਨਾਮ, ਦਾਨ, ਇਸ਼ਨਾਨ ਦ੍ਰਿੜਾਇਆ। ਛੇ ਚੀਜ਼ਾਂ, ਛੇ ਵਿਕਾਰ, ਗਲਤੀਆਂ, ਭੁੱਲਾਂ ਸਾਡੇ ਚੋਂ ਕੱਢ ਕੇ ਸੱਤ ਚੀਜ਼ਾਂ ਕਰਤੇ ਨੇ ਪਾਤੀਆਂ, ਗੁਰੂ ਨੇ ਪਾਤੀਆਂ। ਗੁਰਸਿੱਖ ਮਿਲ ਗਈ, ਗੁਰੂ ਕੀ ਸਿੱਖਿਆ ਮਿਲ ਗਈ। ਗੁਰਸਿੱਖ ਲੈ ਗੁਰਸਿੱਖ ਸਦਾਇਆ, ਹੁਣ ਇਹ ਗੁਰਸਿੱਖ ਹੈ, ਹੁਣ ਗੁਰਸਿੱਖ ਬਣ ਗਿਆ। ਗੁਰਸਿੱਖ ਬਣ ਕੇ ਕੀ ਕਰੇਗਾ? ਗੁਰਸਿੱਖ ਬਣ ਕੇ ਹੰਕਾਰ ਬਰਕਰਾਰ ਹੈ, ਅਸੀਂ ਇੱਥੇ ਖਲੋਤੇ ਹਾਂ। ਇਸ ਬਾਰੀ ਕੰਸੈਪਟ ਨੂੰ ਗੁਰਸਿੱਖ ਬਣ ਕੇ ਮੈਂ ਤਾਂ ਸ਼੍ਰੇਸ਼ਟ ਹਾਂ, ਮੈਂ ਤਾਂ ਇੱਕ ਸਿੱਖ ਹਾਂ, ਹੰਕਾਰ ਬਰਕਰਾਰ ਹੈ। ਕਿੱਥੇ ਹੰਕਾਰ ਨਹੀਂ ਸੀ ਮਿਟਿਆ ਨਾ ਜੀ? ਹੰਕਾਰ ਮਿਟਾਉਣ ਲਈ ਸੇਵਕ ਬਣਨਾ ਪੈਣਾ, ਗੁਰਸਿੱਖ ਨੂੰ ਸੇਵਕ ਬਣਨਾ ਪੈਣਾ। ਸੇਵਕ ਉਹੀ ਬਣ ਪਏਗਾ ਜੋ ਸਿੱਖ ਹੋਏਗਾ। ਠੀਕ ਹੈ, ਅਸੀਂ ਕਹਿੰਦੇ ਸੇਵਕ ਕੋਈ ਵੀ ਆ ਸਕਦਾ ਹੈ, ਮਨਾ ਨਹੀਂ ਹੈ, ਪਰ ਲੈਣਾ ਜੀ ਪਹਿਲਾਂ ਸਿੱਖ ਬਣੇ ਨੇ ਤਾਂ ਸੇਵਾ ਆਰੰਭ ਹੋਈ ਹੈ। ਬਾਬਾ ਅਮਰਦਾਸ ਪਹਿਲਾਂ ਕੁੜਮ ਨੇ ਗੁਰੂ ਅੰਗਦ ਦੇਵ ਜੀ ਦੇ, ਕੁੜਮਾਂ ਚਾਰੇ ਚੰਗੀ ਰਿਸ਼ਤੇਦਾਰੀ ਨਿਭਦੇ ਆਉਂਦੇ ਜਾਂਦੇ, ਪਰ ਜਦੋਂ ਗੁਰੂ ਮੰਨ ਲਿਆ, ਗੁਰਸਿੱਖਿਆ ਲੈ ਲਈ, ਫਿਰ ਸੇਵਾ ਆਰੰਭ ਕਰ ਲਈ, ਫਿਰ ਸੇਵਕ ਬਣ ਗਏ। ਅਤੇ ਜਦੋਂ ਸੇਵਕ ਬਣ ਜਾਂਦਾ ਹੈ ਅਤੇ ਸਿਰ ਸੇਵਕ ਕਿਵੇਂ ਬਣਦਾ ਹੈ? ਸੇਵਕ ਦੀ ਡੈਫੀਨੇਸ਼ਨ ਅਤੇ ਸੇਵਕ ਦਾ ਸਰੂਪ ਕਿਹੋ ਜਿਹਾ ਹੋਣਾ ਚਾਹੀਦਾ? ਸੇਵਕ ਉਹ ਹੈ ਜਿਹਦੇ ਅੰਦਰ ਹੌਲੀ ਹੌਲੀ ਅਹੰਕਾਰ, ਮੈਂ, ਮੇਰੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਜਿਹੜਾ ਸਿਰਫ ਇੱਥੇ ਪਹੁੰਚ ਜਾਂਦਾ ਹੈ, ਹਸਤੀ ਸਿਰ ਜੋ ਅੰਕਸ਼ ਹੈ, ਅਹਿਰਣ ਜਿਉਂ ਸਿਰ ਦੇ, ਇਉਂ ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ, ਫਿਰ ਕੀ ਹੁੰਦਾ? ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟਿ ਕਾ ਲੇ, ਸੇਵਕ ਬਣ ਜਾਂਦਾ ਹੈ। ਜਦੋਂ ਸੇਵਕ ਆਪਣੇ ਇਮਤਿਹਾਨਾਂ 'ਚੋਂ ਪੂਰਾ ਹੋ ਜਾਂਦਾ ਹੈ, ਫਿਰ ਉਸ ਨੂੰ ਅਧਿਆਤਮ 'ਚ ਕਹਿੰਦੇ ਨੇ ਜਨ। ਉਹਨੂੰ ਜਨ ਪਦਵੀ ਮਿਲਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਭਗਤ ਜਨ, ਸੇਵਕ ਜਨ, ਹਰੀ ਜਨ। ਉਹ ਹੈ ਪਹਿਲਾਂ ਗੁਰੂ ਸਿੱਖ ਬਣਦਾ ਹੈ, ਗੁਰਸਿੱਖ ਹੁੰਦਾ ਹੈ, ਫਿਰ ਸੇਵਕ ਬਣਦਾ ਹੈ। ਸੇਵਨ ਸੇਵਾ ਦੇ ਇਮਤਿਹਾਨ 'ਚ ਜਦ ਪਾਸ ਹੁੰਦਾ ਹੈ, ਭਾਈ ਬਹਿਲੋ ਹੁੰਦਾ ਹੈ, ਭਾਈ ਮੰਝ ਹੁੰਦਾ ਹੈ, ਬਾਬਾ ਬੁੱਢਾ ਬਣਦਾ ਹੈ, ਬਾਬਾ ਲਹਿਣਾ ਹੋ ਸਕਦਾ ਹੈ, ਉਹ ਕੋਈ ਵੀ ਹੋ ਸਕਦਾ ਹੈ, ਭਾਈ ਘਨੱਈਆ ਹੋ ਸਕਦਾ ਹੈ, ਸਭ ਦੇ ਇਮਤਿਹਾਨ ਵੱਖਰੇ ਵੱਖਰੇ ਨੇ। ਇਮਤਿਹਾਨ 'ਚੋਂ ਨਿਬੜਦਾ ਹੈ, ਪਾਰ ਸੁਰਖੂ ਹੁੰਦਾ ਹੈ, ਫਿਰ ਉਹ ਬਣਦਾ ਹਰਿ ਜਨ, ਅਤੇ ਹਰਿ ਜਨ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ। ਹਰਿ ਹਰਿ ਜਨ ਦੋਏ ਏਕ ਹੈ।
ਉਹ ਜਨ ਬਣਦਾ ਹੈ ਅਤੇ ਜਨ ਨੂੰ ਫਿਰ ਕੁਝ ਮਿਲਦਾ। ਆ ਦਾਰਸ਼ਨਿਕ ਲੋਕ ਆ ਬੈਠੇ ਹੋ, ਕਦੇ ਲਿਖ ਕੇ ਦੇਖਣਾ ਜਨ ਦੁੱਤੋਂ ਕੀ ਮਿੱਟ ਜਾਂਦਾ ਅਤੇ ਜਨ ਬਣਦਾ। ਜਾ ਨਾ ਮਾਂ, ਮੈਂ ਹਿੰਦੀ ਸ਼ਬਦ ਬੋਲਾਂਗਾ, ਜਾ ਨਾ ਮਾਂ, ਤਿੰਨ ਅੱਖਰ ਨੇ ਨਾ, ਮਾਂ ਮਿਟਾ ਦਿਓ, ਜਨ ਰਹਿ ਗਿਆ, ਮਾਂ ਮ੍ਰਿਤਿਯੂ, ਉੱਤੋਂ ਮ੍ਰਿਤਿਯੂ ਲੈ ਜਾਂਦੀ ਹੈ। ਹੁਣ ਉੱਤੇ ਮ੍ਰਿਤਿਯੂ ਦਾ ਗਲਬਾ ਨਹੀਂ ਗਾ, ਹੁਣ ਉਹਨੂੰ ਮੌਤ ਮਾਰ ਨਹੀਂ ਸਕਦੀ, ਮੌਤ ਲੈ ਗਈ, ਮੌਤ ਪਿੱਛੇ ਰਹਿ ਗਈ, ਉਹ ਅੱਗੇ ਨਿਕਲ ਗਿਆ। ਉਹਨੂੰ ਅਸੀਂ ਕਹਿੰਦੇ ਹਾਂ ਕਾਲ ਦੇ ਚੱਕਰ ਤੋਂ ਅੱਗੇ ਨਿਕਲ ਜਾਂਦਾ। ਅਤੇ ਜੇ ਅਸੀਂ ਮਰ ਗਏ ਨਾ, ਫਿਰ ਜਨਮ ਮਿਲੇਗਾ। ਜੇ ਅਸੀਂ ਮਰ ਗਏ, ਆ ਜਨਮ ਮਿਲ ਚੁੱਕਾ ਹੈ, ਅਤੇ ਜੇ ਮਰ ਗਏ ਤਾਂ ਫਿਰ ਜਨਮ ਮਿਲੇਗਾ, ਪੱਕਾ ਮਿਲੇਗਾ। ਅਤੇ ਅਸੀਂ ਪੱਕੀ ਇਹ ਗੱਲ ਕਰਨੀ ਕਿ ਹੇ ਮਹਾਰਾਜ, ਆ ਜਨਮ ਮਿਲੇ ਅੱਜ, ਹੁਣ ਮਰਨਾ ਨਹੀਂ ਗਾ। ਸੇਵਾ ਇਸ ਕਰਕੇ ਕਰਦੇ ਹਾਂ, ਇੱਥੇ ਕਦੇ ਕਿਸੇ ਨੇ, ਬਾਣੀ ਪੜ੍ਹਨ ਵਾਲੇ ਹੋ, ਕਦੇ ਕਿਸੇ ਸੇਵਾਦਾਰ ਨੇ ਕਿਹਾ ਕਿ ਮਹਾਰਾਜ ਮੈਨੂੰ ਰਾਜ ਦੇ ਦੇ? ਮਿਲੇ, ਸੌ ਵਾਰ ਮਿਲੇ। ਕਿਸੇ ਸੇਵਾਦਾਰ ਨੇ ਕਿਹਾ ਕਿ ਨੇ ਮੈਨੂੰ ਮਹਿਲ ਮਾੜੀਆਂ ਦੇ ਦੇ? ਕਿਸੇ ਸੇਵਕ ਸੇਵਾਦਾਰ ਨੇ ਕਿਹਾ ਕਿ ਮੈਨੂੰ ਆ ਅਮੀਰ ਪਦਵੀ ਦੇ ਦੇ, ਮੈਨੂੰ ਵਜ਼ਾਰਤ ਦੇ ਦੇ? ਵਿਅਕਤੀਗਤ ਤੌਰ 'ਤੇ ਮੈਂ ਸੌ ਵਾਰ ਮੰਗਦਾ ਹੋਵਾਂ, ਪਰ ਗੁਰਸਿੱਖੀ ਤੌਰ 'ਤੇ ਨਹੀਂ ਮੰਗਦਾ। ਨਿੱਜੀ ਤੌਰ 'ਤੇ ਮੇਰੀਆਂ ਜ਼ਰੂਰਤਾਂ ਕੀ ਨੇ, ਉਹ ਮੇਰੀਆਂ ਤੁਹਾਡੀਆਂ ਸਭ ਦੀਆਂ ਆਪਣੀਆਂ ਆਪਣੀਆਂ ਨੇ। ਪਰ ਗੁਰਸਿੱਖੀ ਦੇ ਬਾਰਿਕ ਸੰਕਲਪਾਂ 'ਚ ਸੇਵਾ ਕਰਕੇ ਅਗਰ ਕੁਝ ਮੰਗਦਾ ਤਾਂ ਕੀ ਕਹਿੰਦਾ? ਮਹਾਰਾਜ ਜਨਮ ਮਰਨ ਨਿਵਾਰ ਲਿਆ, ਇਹੀ ਮੰਗਦਾ ਨਾ। ਹੇ ਮਹਾਰਾਜ ਜਨਮ ਮਰਨ ਨਿਵਾਰ ਲਿਓ, ਮਹਾਰਾਜ ਮੇਰੇ ਤੋਂ ਮੌਤ ਦਾ, ਜਨਮ ਦਾ ਅਤੇ ਮੌਨ ਦਾ ਇਹ ਬੰਧਨ ਕੱਟ ਦਿਓ, ਜਨਮ ਮਰਨ ਨਿਵਾਰ ਲਿਓ। ਹੇ ਮਹਾਰਾਜ ਤੁਸੀਂ ਸਾਰੇ ਸੰਗਤ ਦੇ ਜੀ ਬੈਠੇ ਹੋ, ਥੋੜ੍ਹੀ ਦੇਰ ਬਾਅਦ ਅਸਾਂ ਪੜ੍ਹਨਾ ਹੈ, ਸਾਰਿਆਂ ਨੇ ਪਰਸਨਲੀ ਵੀ ਪੜ੍ਹਨਾ ਹੈ, ਸਮੂਹਿਕ ਸੰਗਤ ਵਿੱਚ ਵੀ ਪੜ੍ਹਨਾ ਹੈ। ਕੁਝ ਐਸਾ ਕਰੋ ਨਾ ਜਿਹਦੇ ਨਾਲ ਮੇਰਾ ਇਹਦੇ ਨਾਲ ਮੇਲ ਹੋ ਜਾਏ। ਉਹਦੇ 'ਚ ਇੱਕ ਵਿਆਹ ਦਾ ਦਰਸ਼ਨ ਹੈ, ਸੰਬਤ ਸਾਹਾ ਲਿਖਿਆ, ਅਸੀਂ ਪੜ੍ਹਦੇ ਮੌਤ ਦੇ ਸਮੇਂ 'ਤੇ ਹਾਂ, ਦਰਸ਼ਨ ਵਿਆਹ ਦਾ। ਜਿਵੇਂ ਕਿਸੇ ਬੱਚੀ ਦਾ ਵਿਆਹ ਆਰੰਭ ਕਰਦੇ ਹੋ ਅਤੇ ਸਾਡਾ ਪੁਰਾਣਾ ਇੱਕ ਰਸਮ ਹੈ, ਤੇਲ ਚੜ੍ਹਾਉਂਦੇ ਹੋ ਅਤੇ ਜਦੋਂ ਉਹ ਸੁਹਾਗਣਾਂ ਇਕੱਠੀਆਂ ਹੋ ਕੇ ਉਸ ਬੱਚੀ ਨੂੰ ਤੇਲ ਚੜ੍ਹਾਉਂਦੀਆਂ ਨੇ, ਅੱਜ ਕੱਲ੍ਹ ਹਲਦੀ ਲਗਾਉਣਾ ਸ਼ਬਦ ਕਿਆ ਵਰਤਿਆ ਜਾ ਰਿਹਾ, ਉਹ ਪੁਰਾਣਾ ਸ਼ਬਦ ਸੀ ਤੇਲ ਚੜ੍ਹਾਉਣਾ, ਜਦੋਂ ਤੇਲ ਚੜ੍ਹਾਉਂਦੀਆਂ ਨੇ ਅਤੇ ਉਦੋਂ ਉਹਦੇ ਆਲੇ ਦੁਆਲੇ ਕੁਝ ਗੀਤ ਗਾਉਂਦੀਆਂ ਨੇ, ਉਹਨਾਂ ਨੂੰ ਅਸੀਂ ਸੁਹਾਗ ਕਹਿੰਦੇ ਹਾਂ, ਉਹ ਸੁਹਾਗ ਦੇ ਗੀਤ ਗਾਉਂਦੀਆਂ ਨੇ। ਉਹਨਾਂ ਸੁਹਾਗ ਦੇ ਗੀਤਾਂ ਦੇ ਵਿੱਚ ਕੁਝ ਸਿੱਖਿਆ ਹੁੰਦੀ ਹੈ, ਕੁਝ ਆਸ਼ੀਰਵਾਦ ਹੁੰਦਾ, ਇਹ ਦੋ ਚੀਜ਼ਾਂ ਹੁੰਦੀਆਂ। ਮਜ਼ਾਕ ਠੱਠਾ ਅਲੱਗ ਚੀਜ਼ ਹੁੰਦੀ, ਪਰਿਵਾਰਿਕ ਹੁੰਦਾ ਹੈ, ਪਰ ਉਹਦੇ ਵਿੱਚ ਕੁਝ ਸਿੱਖਿਆਵਾਂ ਹੁੰਦੀਆਂ ਨੇ ਅਤੇ ਕੁਝ ਆਸ਼ੀਰਵਾਦ ਹੁੰਦਾ ਹੈ ਕਿ ਬੇਟਾ ਤੂੰ ਇਹ ਘਰ ਛੱਡ ਕੇ ਦੂਜੇ ਘਰ ਸਹੁਰੇ ਘਰ ਜਾਣਾ ਹੈ, ਉੱਥੇ ਕਿਵੇਂ ਨਿਭਾਉਣੀ ਹੈ, ਇਹ ਸਿੱਖਿਆ ਹੁੰਦੀ ਹੈ। ਅਤੇ ਵਡੇਰੀਆਂ ਆਸੀਸ ਤੇਰੀਆਂ ਹੁੰਦੀਆਂ ਕਿ ਤੇਰੀ ਨਿਭ ਆਵੇ, ਤੇਰੀ ਬਣ ਆਵੇ। ਅਸੀਂ ਵੀ ਇਹੀ ਤਾਂ ਕਹਿਣਾ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਅਤੇ ਜੋ ਸਾਹਿਬ ਨਾਲ ਮੇਲ ਹੋ ਗਿਆ, ਫਿਰ ਸਭ ਕੁਝ ਛੁੱਟ ਜਾਣਾ ਹੈ ਨਾ, ਪਰਿਵਾਰ ਪੇਕਾ ਕਰ ਛੁੱਟਣਾ ਹੈ ਨਾ, ਆ ਸਭ ਕੁਝ ਛੱਡਣਾ ਪੈਣਾ। ਲੋਕਾਂ ਨੂੰ ਮੌਤ ਕਹਿੰਦੇ ਨੇ, ਅਸੀਂ ਮਰਨਾ ਨਹੀਂ, ਅਸੀਂ ਮਿਲਣਾ ਹੈ, ਇਹ ਚੇਤਾ ਰੱਖਣਾ। ਸਿੱਖ ਨੇ ਮਰਨਾ ਨਹੀਂ ਗਾ,
ਸਿੱਖ ਨੇ ਮਿਲਣਾ ਹੈ, ਸਿੱਖ ਨੇ ਮੁੱਕਣਾ ਨਹੀਂ ਗਾ, ਸਿੱਖ ਨੇ ਸਮਾਉਣਾ ਹੈ। ਉਹ ਸਮਾਂ ਆਉਂਦਾ ਸਾਰਿਆਂ 'ਤੇ ਜਦੋਂ ਸਿੱਖ ਇਮਤਿਹਾਨ ਵਿੱਚ ਪਾਸ ਹੁੰਦਾ ਹੈ। ਉਹਦੇ ਇਮਤਿਹਾਨ ਦੇ ਲੈਵਲ ਅਲੱਗ ਅਲੱਗ ਨੇ। ਕਦੇ ਉਹਨੂੰ ਮੁਰਦਾ ਖਾਣ ਲਈ ਕਿਹਾ ਜਾ ਸਕਦਾ, ਕਿਹਾ ਗਿਆ। ਕਦੇ ਉਹ 12 ਸਾਲ ਪਾਣੀ ਢੋਣ 'ਤੇ ਕਿੱਲੇ ਨਾਲ ਅੜ ਕੇ ਡਿੱਗ ਪੈਂਦਾ ਅਤੇ ਤਾਨਾ ਮਾਰਿਆ ਜਾਂਦਾ ਅਤੇ ਸਵੇਰੇ ਪੁੱਛਦਾ ਭਾਈ ਕੀ ਹੋਇਆ ਸੀ, ਪੁੱਛਿਆ ਜਾ ਸਕਦਾ। ਕਦੇ ਅਸੀਂ ਥੜੇ ਬਣਾਉਣ ਦੀ ਗੱਲ ਸਿੱਖ ਲੈਂਦੇ ਹਾਂ, ਕਦੇ ਲਾਹੌਰ ਭੇਜਣ ਦੀ ਗੱਲਾਂ ਕਰਦੇ ਹਾਂ। ਸਾਰੇ ਇਮਤਿਹਾਨ ਹੁੰਦੇ ਨੇ। ਇਹਨਾਂ ਇਮਤਿਹਾਨਾਂ ਤੋਂ ਪਾਸ ਹੋਣ ਤੋਂ ਬਾਅਦ ਵਿੱਚ ਉਹਨੂੰ ਜੋ ਮਿਲਦਾ ਹੈ ਉਹ ਅੰਮ੍ਰਿਤ ਹੁੰਦਾ ਹੈ। ਇਹ ਸਾਰਾ ਕੁਝ ਉਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਦੀ ਜੱਦੋ ਜ਼ਹਿਦ ਹੈ। ਭਾਈ ਮੰਝ ਖੂਹ 'ਚ ਡਿੱਗ ਪੈਂਦੇ ਨੇ, ਕਹਿੰਦੇ ਨਹੀਂ ਪਰ ਬਾਲਣ ਕੱਢ ਲਓ। ਬੇਨਤੀ ਕਰਾਂ, ਜਦੋਂ ਸਿੱਖ ਸੇਵਾ 'ਚੋਂ ਪਾਸ ਹੁੰਦਾ ਹੈ ਫਿਰ ਉਹ ਜਨ ਬਣਦਾ ਹੈ ਅਤੇ ਜਨ ਨੂੰ ਫਿਰ ਅੰਮ੍ਰਿਤ ਮਿਲਦਾ ਹੈ, ਕਿਉਂਕਿ ਜਨ 'ਤੇ ਕਿਰਪਾ ਕਰ ਦਿੰਦਾ ਹੈ। ਜਨ ਆਪਣੇ ਕਹੋ, ਫਿਰ ਜਨ 'ਤੇ ਕਿਰਪਾ ਹੁੰਦੀ ਹੈ। ਜਦੋਂ ਜਨ 'ਤੇ ਕਿਰਪਾ ਹੁੰਦੀ ਹੈ ਫਿਰ ਉਹਨੂੰ ਅੰਮ੍ਰਿਤ ਮਿਲਦਾ ਹੈ, ਅਤੇ ਜਦੋਂ ਉਹਨੂੰ ਅੰਮ੍ਰਿਤ ਮਿਲ ਜਾਂਦਾ ਫਿਰ ਉਹ ਖਾਲਸਾ ਬਣ ਜਾਂਦਾ। ਕਹੋ ਕਬੀਰ, ਜਨ ਭਏ ਖਾਲਸੇ, ਇਮਤਿਹਾਨ ਸਭ ਦੇ ਮੁਰਦਾ ਖਾਣ ਦਾ ਇਮਤਿਹਾਨ ਹੋਇਆ। ਇਮਤਿਹਾਨ ਆਪਾਂ ਦੁਪਹਿਰੇ ਪੜ੍ਹ ਰਹੇ ਸਾਂ, ਵਾਚ ਸਾਂ, ਉਹਨੇ ਤਲਵਾਰ ਖਿੱਚ ਲਈ ਹੱਥ ਵਿੱਚ, ਸਿਰ ਦੇ ਇਮਤਿਹਾਨ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੇ। ਅਤੇ ਜਿਨ੍ਹਾਂ ਨੇ ਸਿਰ ਦਿੱਤਾ ਉਹਨਾਂ ਨੂੰ ਹੀ ਸਭ ਤੋਂ ਪਹਿਲਾਂ ਅੰਮ੍ਰਿਤ ਮਿਲਿਆ। ਮਿਲਿਆ ਸਾਨੂੰ ਵੀ ਪਰ ਬਾਅਦ ਵਿੱਚ ਮਿਲਿਆ। ਪਰ ਅੰਮ੍ਰਿਤ ਖੁੱਲ੍ਹੇ ਭੰਡਾਰ ਵਰਤੇ ਜਿਹੜੇ ਉਸ ਇਮਤਿਹਾਨ 'ਚੋਂ ਪਾਸ ਹੋਏ। ਜਨ ਬਣਨਾ, ਸਿੱਖ ਬਣਨਾ, ਸੇਵਕ ਬਣਨਾ, ਜਨ ਬਣਨਾ, ਖਾਲਸਾ ਬਣਨਾ, ਇਹ ਸਾਡੀ ਯਾਤਰਾ ਦੇ ਚਾਰ ਪੜਾਓ ਨੇ। ਜੋ ਜਨ ਤੋਂ ਅੱਗੇ ਲੰਘ ਜਾਂਦਾ ਹੈ, ਖਾਲਸਾ ਬਣ ਜਾਂਦਾ ਹੈ, ਫਿਰ ਉਹ ਮਰਦਾ ਨਹੀਂ, ਉਹਨੂੰ ਕੋਈ ਮਾਰ ਨਹੀਂ ਸਕਦਾ। ਦੋ ਤਿੰਨ ਐਗਜ਼ਾਮਪਲ ਦਿਆਂਗਾ ਕਿ ਅਸੀਂ ਕਹਿ ਸਕਦੇ ਹਾਂ ਕਿ ਭਾਈ ਮਤੀ ਦਾਸ ਨੂੰ ਕਿਸੇ ਨੇ ਮਾਰ ਦਿੱਤਾ, ਕੋਈ ਮਾਰ ਸਕਿਆ? ਸਾਨੂੰ ਤੁਹਾਨੂੰ ਕਿਸੇ ਦੇ ਕੋਈ ਤਕੜਾ ਚਪੇੜ ਮਾਰ ਦੇਵੇ ਨਾ, ਸਿਰ 'ਚ ਲਾਠੀ ਪੈ ਜਾਏ, ਮਰ ਜਾਂਦੇ ਹਾਂ। ਉਹਦੇ ਸਿਰ 'ਤੇ ਆਰਾ ਰੱਖ ਕੇ ਚੀਰਿਆ ਜਾਂਦਾ ਅਤੇ ਆਰਾ ਚੀਰਦਿਆਂ ਚੀਰਦਿਆਂ ਦੁਫਾੜ ਹੋ ਜਾਂਦਾ। ਹੁਣ ਤਾਂ ਉਹ ਤਸਵੀਰ ਬਾਜ਼ਾਰ 'ਚ ਘੱਟ ਹੈ, ਜਿਹੜਾ ਦਾ ਸਿਰ ਦੋ ਪਾਸਿਆਂ ਨੂੰ ਲਗਭਗ 40 ਅੰਸ਼ 'ਤੇ ਕੋਣ 'ਤੇ ਖਿਲਰਿਆ ਹੁੰਦਾ ਸੀ। ਸਿਰ ਦੁਫਾੜ ਹੋ ਜਾਂਦਾ ਹੈ ਅਤੇ ਕੀ ਮਰ ਜਾਂਦਾ? ਇਹ ਗੱਲ ਬਾਰੀਕ ਹੈ ਕਿ ਦੋ ਟੁਕੜੇ ਕਰਨ 'ਤੇ ਕਿਸੇ ਨੂੰ ਮਾਰਿਆ ਜਾ ਸਕਦਾ? ਬਸ ਇਹ ਗੱਲ ਹੈ। ਉਹ ਜਨ ਬਣ ਕੇ ਗੁਰੂ ਕਾ ਖਾਲਸਾ ਜੇ ਪੰਜ ਪਿਆਰਿਆਂ 'ਚੋਂ ਸ਼ਾਮਿਲ ਹੈ। ਅਸੀਂ ਤਾਂ ਪੰਜ ਭਾਈ ਦਇਆ ਸਿੰਘ ਧਰਮ ਸਿੰਘ ਤੱਕ ਸੀਮਿਤ ਰਹਿ ਗਏ ਨਾ, ਪਿੱਛੇ ਚਲੇ ਜਾਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਪੰਜ ਪਿਆਰੇ ਚੱਲਦੇ ਨੇ, ਜਿਹੜੇ ਦਿੱਲੀ ਦੀ ਯਾਤਰਾ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਪਹਿਲਾਂ ਵੱਡੀ ਯਾਤਰਾ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੈ। ਪੰਜ ਪਿਆਰੇ ਉਹਨਾਂ ਦੇ ਨਾਲ ਗਵਾਲੀਅਰ ਕੈਦ ਹੁੰਦੇ ਨੇ। ਵੱਡੀ ਯਾਤਰਾ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੀ ਕੀਤੀ ਹੈ, ਪੰਜ ਪਿਆਰੇ ਉਹਨਾਂ ਦੇ ਨਾਲ ਜਾਂਦੇ ਨੇ। ਪਰ ਫਰਕ ਕੀ ਹੈ? ਉਦੋਂ ਇਮਤਿਹਾਨ ਗੁਰੂ
ਕਰਕੇ ਦੱਸਦੇ ਨੇ, ਤੱਤੀ ਤਵੀ 'ਤੇ ਆ ਬੈਠ ਕੇ ਦੱਸਦੇ ਨੇ ਵੀ ਇੱਦਾਂ ਕਰਨਾ ਹੈ। ਜਦੋਂ ਤੱਤੀ ਤਵੀ 'ਤੇ ਬੈਠੇ ਨੇ ਉਦੋਂ ਬਾਬੇ ਜੇਠੇ ਨੇ ਕਿਹਾ ਸੀ, ਮਹਾਰਾਜ ਮੈਂ ਇੱਥੇ ਆਵਾਂ, ਮੈਂ ਵਿਸ਼ ਜਾਵਾਂ, ਅਤੇ ਪੰਚਮ ਪਾਤਸ਼ਾਹ ਨੇ ਕਿਹਾ ਸੀ ਅਜੇ ਨਹੀਂ, ਤੁਹਾਡਾ ਸਮਾਂ ਆਏਗਾ, ਤੁਸੀਂ ਅਜੇ ਦੇਖੋ ਕਦੇ ਸਮਾਂ ਆਏਗਾ, ਸਿੱਖ ਕੌਤਕ ਕਰੇਗਾ, ਗੁਰੂ ਦੇਖਾਂਗੇ। ਅਤੇ ਫਿਰ ਲਾਹੌਰ ਦੀ ਬਜਾਏ ਦਿੱਲੀ ਹੋਈ ਵੱਡੀ ਰਾਜਧਾਨੀ 'ਚ ਆਏ। ਹੁਣ ਗੁਰੂ ਬੈਠੇ ਨੇ ਅਤੇ ਸਿੱਖ ਚੀਰਿਆ ਜਾ ਰਿਹਾ, ਗੁਰੂ ਦੇਖ ਰਹੇ ਨੇ। ਉੱਥੇ ਗੁਰੂ ਤੱਤੀ ਤਵੀ 'ਤੇ ਬੈਠੇ ਸਨ ਅਤੇ ਸਿੱਖ ਦੇਖਦੇ ਸਨ, ਇੱਥੇ ਗੁਰੂ ਬੈਠੇ ਨੇ, ਸਿੱਖ ਚੀਰਿਆ ਜਾਂਦਾ ਹੈ, ਸਿੱਖ ਨੂੰ ਦੇਗ 'ਚ ਉਬਾਲਿਆ ਜਾਂਦਾ ਹੈ। ਉੱਥੇ ਗੁਰੂ ਉਬਲਦੇ ਸਨ, ਇੱਥੇ ਸਿੱਖ ਉਬਲਦਾ ਪਿਆ। ਉੱਥੇ ਗੁਰੂ ਅੱਗ ਨਾਲ ਜੂਝਦੇ ਸਨ, ਗੁਰੂ ਦੇ ਤਨ 'ਤੇ ਅੱਗ ਲੱਗੀ ਹੋਈ ਸੀ, ਥੱਲੇ ਵੀ ਅੱਗ ਲੱਗੀ ਹੈ, ਸਿਰ 'ਤੇ ਵੀ ਅੱਗ ਵਰਗੀ ਰੇਤ ਪੈਂਦੀ ਹੈ। ਇੱਥੇ ਭਾਈ ਸਤੀ ਦਾਸ ਨੂੰ ਰੂਹ 'ਚ ਲਪੇਟ ਕੇ ਅੱਗ ਲਾਈ ਹੋਈ ਹੈ ਅਤੇ ਗੁਰੂ ਦੇਖ ਰਹੇ ਨੇ। ਹੁਣ ਉਹ ਕੀ ਮਰ ਰਹੇ ਨੇ? ਉਹ ਗੌਰ ਕਰਨਾ, ਠੰਡੇ ਦਿਮਾਗ ਨੂੰ ਸੋਚਣਾ ਕਿ ਉਹ ਮਰ ਰਹੇ ਨੇ। ਜੇ ਮਰ ਰਹੇ ਹੁੰਦੇ ਤਾਂ ਤੜਪ ਦੇ ਹਾਏ ਤੌਬਾ ਮਚਾ ਰਹੇ ਹੁੰਦੇ, ਕਿਉਂਕਿ ਮੌਤ ਦੁਖਦਾਈ ਹੁੰਦੀ ਹੈ। ਅੱਜ ਤੱਕ ਦੇ ਸਾਡੇ ਇਤਿਹਾਸਕਾਰ ਭਾਵੇਂ ਸਾਡੇ ਪੱਖੀ ਨੇ ਭਾਵੇਂ ਵਿਰੋਧੀ ਨੇ, ਉਹ ਇਹ ਨਹੀਂ ਕਹਿ ਪਾਏ ਕਿ ਭਾਈ ਮਤੀ ਦਾਸ ਨੂੰ ਚੀਰਨ ਲੱਗਿਆ, ਉਹਨੇ ਹਾਏ ਹਾਏ ਕੀਤੀ, ਇਹ ਨਹੀਂ ਕਹਿ ਪਾਏ। ਚਲੋ ਫਿਰ ਵੀ ਮੰਨ ਲੈਂਦੇ ਹਾਂ ਸਿਰ ਚੀਰਨ ਲੱਗਿਆ ਥੋੜ੍ਹਾ ਸਮਾਂ ਲੱਗਾ ਹੋਏਗਾ, ਉਬਲਦਿਆਂ 'ਤੇ ਜ਼ਿਆਦਾ ਸਮਾਂ ਲੱਗਦਾ ਹੈ ਨਾ। ਅਤੇ ਰੂਹ 'ਚ ਲਪੇਟ ਕੇ ਜਦੋਂ ਅੱਗ ਲੱਗਦੀ ਹੈ ਨਾ, ਤਾਂ ਸਭ ਨੂੰ ਪਤਾ ਰੂਹ 'ਤੇ ਹੌਲੀ ਹੌਲੀ ਧੁੱਖ ਧੁੱਕ ਕੇ ਸੜਦਾ, ਧੁੱਖ ਧੁੱਕ ਕੇ ਸੜਦਿਆਂ ਘੰਟਿਆਂ ਬੱਧੀ ਦਾ ਸਮਾਂ ਲੱਗਾ। ਇੰਨੇ ਸਮੇਂ ਦੇ ਵਿੱਚ ਆਪਣੇ ਤਨ ਨੂੰ ਸੜਦਾ ਹੋਇਆ ਦੇਖ ਕੇ ਟਿਕੇ ਰਹਿਣਾ ਉਹੀ ਕਰ ਸਕਦਾ ਜੋ ਮੌਤ ਦੀ ਹੱਦ ਤੋਂ ਟੱਪਿਆ ਹੋਵੇਗਾ। ਜਿਵੇਂ ਤੱਤੀ ਤਵੀ 'ਤੇ ਬੈਠੇ ਪੰਚਮ ਪਾਤਸ਼ਾਹ ਨੂੰ ਤੱਕ ਕੇ ਸਾਈਂ ਮੀਆਂ ਮੀਰ ਨੇ ਕਿਹਾ ਸੀ, ਇਹ ਕਿਆ ਹੈ? ਅਤੇ ਮਹਾਰਾਜ ਨੇ ਇੱਕ ਤੁੱਕ ਪੜ੍ਹੀ ਸੀ, ਹੁਕਮੀ ਅਗਨ ਕੱਢੈ ਬੇਕਾਰ ਸਾਈਂ, ਕੋਈ ਫਰਕ ਨਹੀਂ, ਅਸੀਂ ਤਾਂ ਬੈਠੇ ਹਾਂ, ਅਗਨੀ ਆਪਣਾ ਕੰਮ ਕਰ ਰਹੀ ਹੈ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਜਿਵੇਂ ਇੱਕ ਵਰਕਰ ਕੰਮ ਕਰ ਰਿਹਾ ਹੁੰਦਾ, ਮੈਨੇਜਰ ਕਿਤੇ ਬੈਠਾ ਹੁੰਦਾ, ਮਾਲਕ ਕਿਤੇ ਬੈਠਾ ਹੈ, ਸੁਪਰਡੈਂਟ ਕਿਤੇ ਬੈਠਾ ਹੈ, ਵਰਕਰ ਕਿਤੇ ਬੈਠਾ ਕੰਮ ਕਰਦਾ, ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ। ਸੂਰਜ ਆਪਣਾ ਕੰਮ ਕਰਦਾ, ਚੰਦ ਆਪਣਾ ਕੰਮ ਕਰਦਾ, ਨਦੀਆਂ ਦਰਿਆਵਾਂ ਆਪਣਾ ਕੰਮ ਕਰਦੇ ਨੇ। ਕਹਿਣ ਲੱਗੇ, ਅੱਗ ਆਪਣਾ ਕੰਮ ਕਰ ਰਹੀ ਹੈ? ਅੱਗ ਦਾ ਕੰਮ ਹੈ ਸਾੜਨਾ, ਸੜ ਰਹੀ ਹੈ, ਪਰ ਕਿਹਨੂੰ ਸਾੜ ਰਹੀ ਹੈ? ਅੱਗ ਸੱਚ ਨੂੰ ਤਾਂ ਸਾੜ ਹੀ ਨਹੀਂ ਸਕਦੀ। ਅੱਗ ਨੇ ਅੱਜ ਤੱਕ ਸੱਚ ਨੂੰ ਨਹੀਂ ਜੀ ਸਾੜਿਆ, ਕਿਉਂਕਿ ਸੱਚ ਮਰਦਾ ਨਹੀਂ, ਸੱਚ ਪੁਰਾਣ। ਅੱਗ ਨੇ ਸੀਤਾ ਨੂੰ ਨਹੀਂ ਸਾੜਿਆ, ਇਹ ਸੱਚ ਹੈ ਨਾ। ਇੱਥੇ ਪੜ੍ਹਾਇਆ ਗਿਆ ਹੋਣਾ ਹੈ, ਸਵੇਰੇ ਵੀ ਪੜ੍ਹਾਇਆ ਜਾਏਗਾ, ਹਰ ਯੁੱਗ ਯੁੱਗ ਭਗਤ ਉਹ ਪਾਇਆ, ਉਹ 'ਚ ਜ਼ਿਕਰ ਹੈ ਪ੍ਰਹਿਲਾਦ ਦਾ। ਅੱਗ ਨੂੰ ਪ੍ਰਹਿਲਾਦ ਨੇ ਨਹੀਂ ਸਾੜਿਆ, ਪ੍ਰਹਿਲਾਦ ਸੱਚ ਸਰੂਪ ਹੋ ਗਿਆ, ਪ੍ਰਹਿਲਾਦ ਨਹੀਂ ਸੜਦੇ, ਅੱਗ ਨਹੀਂ ਸੜਦੀ, ਅੱਗ ਆਪਣਾ ਕੰਮ ਕਰਦੀ ਹੈ। ਪੰਚਮ ਪਾਤਸ਼ਾਹ ਨੂੰ ਕੀ ਕਹਿ ਸਕਦੇ ਹੋ ਕਿ ਸਾੜਿਆ ਗਿਆ ਅਤੇ ਮਾਰ ਦਿੱਤਾ ਗਿਆ? ਨਹੀਂ, ਬੇਨਤੀ ਕਰਾਂ, ਇਹ ਜਨ ਇਹਨਾਂ ਕੋਲ ਅੰਮ੍ਰਿਤ ਹੈ, ਇਹ ਅੰਮ੍ਰਿਤਧਾਰੀ ਨੇ। ਹੋਰ ਮੇਰੇ ਵਰਗੇ ਚਿੱਟੇ ਕੱਪੜੇ ਪਾ ਕੇ ਸਿਮਰਧਾਰੀ ਥੋੜ੍ਹਾ ਸੰਤ ਸੂਈ ਚੁਭਦੀ ਅਤੇ ਹਾਏ 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 ਹੁੰਦੀ ਹੈ। ਜਿੱਥੇ ਅੰਮ੍ਰਿਤ ਹੈ ਉੱਥੇ ਮੌਤ ਨਹੀਂ ਹੈ।
ਅਤੇ ਸਾਡਾ ਡੈਸਟੀਨੇਸ਼ਨ ਇਹ ਹੈ ਕਿ ਅਸਾਂ ਨੇ ਹੌਲੀ ਹੌਲੀ ਤੁਰਦੇ ਤੁਰਦੇ, ਸਮਾਂ ਕਿੰਨਾ ਲੱਗੇਗਾ ਮੈਨੂੰ ਨਹੀਂ ਪਤਾ, ਜਨਮ ਕਿੰਨੇ ਲੱਗਣਗੇ ਮੈਨੂੰ ਨਹੀਂ ਪਤਾ, ਇਆਂ ਹੂੰ ਜੁਗਤ ਬਿਹਾਨੇ ਕਈ ਜਨਮ। ਅਤੇ ਹੁਣ ਕੀ ਹੈ, ਨਾਨਕ ਰਾਖ ਲੇਹ, ਰੱਖ ਲੈ ਦਾਤਾ ਆਪਣ ਕਰ ਕਰਮ, ਤੇਰਾ ਸਿੱਖ ਹਾਂ, ਇਮਤਿਹਾਨ 'ਚੋਂ ਬਾਰ ਬਾਰ ਫੇਲ ਹੋ ਜਾਂਦਾ, ਬਾਰ ਬਾਰ ਰਹਿ ਜਾਣਾ, ਮਹਾਰਾਜ ਕਿਰਪਾ ਕਰ, ਆਪ ਹੀ ਕਿਰਪਾ ਕਰ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਹਾਰਾਜ ਹੁਣ ਮੇਰਾ ਗੁਣ ਅਵਗੁਣ ਨਾ ਦੇਖਿਆ ਜੇ, ਹੁਣ ਇਮਤਿਹਾਨ ਨਾ ਪਾਇਆ ਜੇ, ਹੁਣ ਇਹਨਾਂ ਸਖਤ ਇਮਤਿਹਾਨ ਨਾ ਪਾਇਓ ਕਿ ਮੈਂ ਫਿਰ ਫੇਲ ਹੋ ਜਾਵਾਂ। ਅਬ ਕੀ ਵਾਰ, ਇਸ ਕਰਕੇ ਇਮਤਿਹਾਨ ਦੀ ਗੱਲ ਨਹੀਂ ਸੀ ਕਰਦੇ, ਹੁਣ ਅਸੀਂ ਕੀ ਕਹਿੰਦੇ ਹਾਂ, ਅਬ ਕੀ ਵਾਰ ਬਖਸ਼, ਹੁਣ ਮੈਨੂੰ ਬਖਸ਼ ਲੈ, ਅਤੇ ਦਾਤਾ ਦੇ ਕੀ, ਦੇ ਅੰਮ੍ਰਿਤ, ਮੰਗਦਾ ਤੇਰੇ ਤੋਂ ਅੰਮ੍ਰਿਤ ਹੀ ਆ, ਏਕ ਬੂੰਦ ਭਰ ਅੰਮ੍ਰਿਤ ਦੇਵ। ਕਬੀਰ ਸਾਹਿਬ ਹੀ ਕਹਿੰਦੇ ਨਾ, ਇਹ ਦਾਤਾ ਇਹ ਪਿਆਰਿਓ, ਕੋਈ ਜੀਅ ਮੈਨੂੰ ਮਿਲਾ ਤੇ ਦੇਵੇ, ਕੀ ਚਾਹੀਦਾ ਤੈਨੂੰ, ਕਿ ਲੱਗੇ ਇੱਕ ਬੂੰਦ ਅੰਮ੍ਰਿਤ, ਜ਼ਿਆਦਾ ਨਹੀਂ ਚਾਹੀਦਾ, ਇੰਨਾ ਬਹੁਤ ਵੱਡਾ ਨਹੀਂ ਹਾਂ ਮੈਂ ਕਿ ਮੈਂ ਬਹੁਤਾ ਝੇਲ ਪਾਵਾਂ, ਬਦਲੇ 'ਚ ਕੀ ਦੇਵੇਂਗਾ। ਆ ਅੰਮ੍ਰਿਤ ਦੇ ਦਿਨ, ਅੱਜ ਦਾ ਦਿਨ ਅੰਮ੍ਰਿਤ ਦੀ ਗੱਲ ਕਰ, ਅੰਮ੍ਰਿਤ ਨੂੰ ਕੀ ਦੇ ਪਾਓਗੇ, ਅੰਮ੍ਰਿਤ ਦੇ ਬਦਲੇ 'ਚ ਕੀ ਦਿਓਗੇ। ਕਬੀਰ ਸਾਨੂੰ ਪੁੱਛਿਆ ਤੈਨੂੰ ਅੰਮ੍ਰਿਤ ਚਾਹੀਦਾ ਹੈ, ਕਿ ਲੱਗਾ ਹਾਂ ਬਾਬਾ ਮੈਨੂੰ ਏਕ ਬੂੰਦ ਅੰਮ੍ਰਿਤ ਦੇ ਦੇ, ਜ਼ਿਆਦਾ ਨਹੀਂ, ਬਦਲੇ 'ਚ ਕੀ ਦੇਗਾ, ਇੱਕ ਬੂੰਦ ਅੰਮ੍ਰਿਤ ਦੇ ਬਦਲੇ 'ਚ। ਜਪ ਤਪ ਦਿਓ ਦਲਾਲੀ ਰੇ, ਜਿੰਨਾ ਮੈਂ ਅੱਜ ਤੱਕ ਸਿਮਰਨ ਕੀਤਾ, ਜਿੰਨਾ ਮੈਂ ਅੱਜ ਤੱਕ ਜਪ ਕੀਤਾ, ਜਿੰਨਾ ਮੈਂ ਅੱਜ ਤੱਕ ਤਪ ਕੀਤਾ, ਮੈਂ ਤੈਨੂੰ ਦਲਾਲੀ 'ਚ ਦੇ ਦਿਆਂਗਾ। ਦਲਾਲੀ ਕੀਮਤ ਨਹੀਂ ਹੁੰਦੀ ਇਹਦੀ, ਦਲਾਲੀ ਤਾਂ ਸਿਰਫ ਉਸ ਵਿਅਕਤੀ ਦਾ ਇਨਾਮ ਹੈ ਜਿਹੜਾ ਲੈ ਕੇ ਇੱਥੋਂ ਤੱਕ ਆਇਆ। ਮੈਂ ਤੈਨੂੰ ਸਭ ਕੁਝ ਆਪਣਾ ਜਪ ਤੈਨੂੰ ਹਵਾਲੇ, ਮੈਂ ਕਹਿ ਦਿਆਂਗਾ ਮਹਾਰਾਜ ਇਹਨੂੰ ਦੇ ਦੇ, ਮੇਰੇ ਜਪ ਦੀ, ਮੇਰੀ ਤਪੱਸਿਆ ਦੀ, ਮੇਰੀ ਮਿਹਨਤ ਇਹਨੂੰ ਦੇ ਦੇ, ਬਸ ਮੈਨੂੰ ਇੱਕ ਬੂੰਦ ਭਰ, ਇੱਕ ਬੂੰਦ ਅੰਮ੍ਰਿਤ ਦੇ ਦੇ। ਉਹ ਅੰਮ੍ਰਿਤ ਉਹਦੇ ਚਾਹਵਾਨ ਹਾਂ, ਅੱਜ ਖਾਲਸੇ ਨੂੰ ਉਹ ਅੰਮ੍ਰਿਤ ਮਿਲਿਆ ਅਤੇ ਖਾਲਸਾ ਬਣੇ ਹੋ। ਉਸ ਅੰਮ੍ਰਿਤ ਜਿਹਨੇ ਪੀ ਲਿਆ ਉਹ ਫਿਰ ਮਰਦਾ ਨਹੀਂ, ਗੁਰੂ ਨੇ ਅੰਮ੍ਰਿਤ ਹਰ ਮੁਖ ਚੋਇਆ, ਗੁਰੂ ਨੇ ਅੰਮ੍ਰਿਤ ਚੋਇਆ ਫਿਰ ਮਰਦਾ, ਹੁਣ ਮਰ ਚੱਲਿਆ ਸੀ, ਬਹੁਤ ਜਿਵਾਇਆ ਰਾਮ, ਫਿਰ ਜੀ ਉੱਠਿਆ। ਗੁਰ ਕਿਰਪਾ ਕਰਨ ਅਸੀਂ ਗੱਲ ਸਮਝ ਸਕੀਏ, ਅੰਮ੍ਰਿਤ ਫਿਰ ਆਪਣੇ ਅੰਦਰ ਵੀ ਹੈ ਨਾ, ਉਸ ਅੰਮ੍ਰਿਤ ਤੱਕ ਪਹੁੰਚਣ ਵਾਸਤੇ ਮੁਸ਼ੱਕਤ ਕਰਨੀ ਹੈ। ਕਿਵੇਂ ਕਰਨੀ ਹੈ, ਕੋਈ ਕੁੰਟ ਤਾਂ ਹੈ ਨਹੀਂ ਕਿ ਮੈਂ ਜਾਵਾਂ ਜੀ ਪਹਾੜ 'ਤੇ ਉੱਥੋਂ ਅੰਮ੍ਰਿਤ ਮਿਲੇਗਾ, ਨਹੀਂ। ਆ ਤਾਂ ਸਾਨੂੰ ਤਕਨੀਕ ਦਿੱਤੀ ਜਾਂਦੀ ਹੈ, ਆ ਪਾਹੁਲ ਹੈ ਯਾਦ ਰੱਖਣਾ, ਖੰਡੇ ਕੀ ਪਾਹੁਲ ਮਿਲੀ ਜੇ। ਪਹਿਲਾਂ ਚਰਨ ਪਾਹੁਲ ਮਿਲਦੀ ਸੀ, ਅੱਜ ਵੀ ਆਪਣਾ ਬੱਚਾ ਜਨਮ ਲੈਂਦਾ ਅਤੇ ਆਪਾਂ ਉਹਨੂੰ ਕਹਿੰਦੇ ਨਾ ਬੱਚੇ ਨੂੰ ਅੰਮ੍ਰਿਤ ਛਕਾਉਣਾ, ਉਹ ਪਾਹੁਲ ਹੀ ਦਿੱਤੀ ਜਾਂਦੀ ਨਾ, ਕਿਰਪਾਨ ਪਾਹੁਲ ਦਿੱਤੀ ਜਾਂਦੀ, ਉਹ 13 ਦਿਨ ਬਾਅਦ 40 ਦਿਨ ਬਾਅਦ ਬੱਚੇ ਨੂੰ ਅਸੀਂ ਪਾਹੁਲ ਦਿੰਦੇ ਹਾਂ। ਇਹ ਖੰਡੇ ਕੀ ਪਾਹੁਲ ਮਿਲੀ ਹੈ, ਖੰਡੇ ਕੀ ਪਾਹੁਲ ਤੋਂ ਬਾਅਦ ਅੰਮ੍ਰਿਤ ਆਪਣੇ ਅੰਦਰੋਂ ਪ੍ਰਾਪਤ ਕਰਨਾ ਜੀ। ਕਿੱਦਾਂ ਪ੍ਰਾਪਤ ਕਰਨਾ, ਤਕਨੀਕ ਮਹਾਰਾਜ ਨੇ ਦਿੱਤੀ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕ ਜਿਹਨੂੰ ਸਿਆ, ਚਲੋ ਕਹਿਦੇ ਨੇ ਖੰਡੇ ਕੀ ਪਾਹੁਲ ਲਈ ਉਹਨੂੰ ਦੱਸਿਆ ਹੈ, ਵਾਹਿਗੁਰੂ ਵਾਹਿਗੁਰੂ ਆਪਾਂ ਜਪਣਾ ਹੁੰਦਾ, ਬਾਹਰ ਇੱਕ ਤਕਨੀਕ ਹੈ ਅਸੀਂ ਲੱਭ ਲੈਂਦੇ ਹਾਂ। ਬਸ ਇੱਕ ਇਗਜ਼ਾਮਪਲ ਆਪਾਂ ਸਾਂਝਾ ਕਰਨਾ, ਜ਼ਮੀਨ 'ਚ ਬੋਰਿੰਗ ਕਰਦੇ ਹੋ,
ਜ਼ਮੀਨ 'ਚ ਪਾਣੀ ਹੈ ਨਾ, ਅਸੀਂ ਕਹਾਂਗੇ ਹੈਗਾ। ਇੱਥੇ ਕਿਤਨੇ ਜ਼ਮੀਨ 'ਚ ਗਹਿਰਾਈ 'ਚ ਪਾਣੀ ਹੈ ਮੈਨੂੰ ਨਹੀਂ ਪਤਾ ਨਾ, ਜਿੱਥੇ ਅਸੀਂ ਚੰਡੀਗੜ੍ਹ ਰਹਿੰਦੇ ਹਾਂ ਉੱਥੇ ਜ਼ਮੀਨ 'ਚ ਕਿਤਨਾ ਗਹਿਰਾ ਪਾਣੀ ਹੈ, ਉੱਥੇ ਤਾਂ ਸੈਂਕੜੇ ਫੁੱਟ ਗਹਿਰਾ ਪਾਣੀ ਹੈ, ਉੱਥੇ ਤਾਂ 200-400-500 ਫੁੱਟ 'ਤੇ ਵੀ ਨਹੀਂ ਮਿਲਦਾ, 1000 ਫੁੱਟ ਤੱਕ ਬੋਰਿੰਗ ਕਰ ਦਿਓ ਤਦ ਪਾਣੀ ਮਿਲਦਾ, ਅਤੇ ਤੁਸੀਂ ਇੱਥੇ 100 ਫੁੱਟ ਬੋਰਿੰਗ ਕਰ ਦਿਓ ਪਾਣੀ ਮਿਲ ਜਾਂਦਾ, ਥੋੜ੍ਹਾ ਜਿਹਾ ਹੋਰ ਤਰਾਈ ਚਲੇ ਜਾਂਦੇ ਹੋ 50 ਫੁੱਟ ਬੋਰਿੰਗ ਕਰ ਦਿਓ ਪਾਣੀ ਮਿਲ ਜਾਂਦਾ, ਬਰਸਾਤੀ ਮੌਸਮ ਹੋਵੇ 10 ਫੁੱਟ ਦਾ ਖੱਡਾ ਪੁੱਟ ਦਿਓ ਪਾਣੀ ਮਿਲ ਜਾਂਦਾ। ਪਾਣੀ ਦਾ ਲੈਵਲ ਤਾਂ ਇੱਕੋ ਹੀ ਹੈ, ਪਾਣੀ ਦਾ ਲੈਵਲ ਉੱਚਾ ਨੀਵਾਂ ਨਹੀਂ ਜੇ ਹੁੰਦਾ, ਪਾਣੀ ਦਾ ਲੈਵਲ ਇੱਕੋ ਹੀ ਰਹਿੰਦਾ ਹੈ। ਉੱਚਾ ਨੀਵਾਂ ਕੀ ਹੈ, ਮਿੱਟੀ ਜ਼ਿਆਦਾ ਪੈ ਗਈ ਹੈ, ਉੱਚਾਈ ਮਿੱਟੀ ਦੀ ਹੈ, ਪਾਣੀ ਇੱਕ ਲੈਵਲ 'ਤੇ ਹੈ ਕਿਉਂਕਿ ਪਾਣੀ ਦਾ ਕੁਦਰਤੀ ਸੁਭਾਅ ਲੈਵਲ 'ਤੇ ਰਹਿਣਾ ਹੈ। ਮਿੱਟੀ ਵੱਧ ਘੱਟ ਹੈ, ਕਿਤੇ ਮਿੱਟੀ 1000 ਫੁੱਟ ਹੈ, ਕਿਤੇ ਮਿੱਟੀ 10 ਫੁੱਟ ਹੈ, ਕਿਤੇ ਮਿੱਟੀ ਜ਼ਿਆਦਾ ਹੋਏਗੀ। ਪਾਣੀ ਨੂੰ ਪ੍ਰਾਪਤ ਕਰਨ ਵਾਸਤੇ, ਉਸ ਲੈਵਲ ਤੱਕ ਪਹੁੰਚਣ ਵਾਸਤੇ ਸਾਨੂੰ ਆਪਣੇ ਅਤੇ ਆਪਣੇ ਵਿਚਕਾਰਲੀ ਮਿੱਟੀ ਨੂੰ ਹਟਾਉਣਾ ਪੈਣਾ। ਉਹ ਮਿੱਟੀ ਕਿਤਨੀ ਹੈ, ਉਹ 10 ਫੁੱਟ ਹੈ ਕਿ 1000 ਫੁੱਟ ਹੈ ਮੈਨੂੰ ਨਹੀਂ ਪਤਾ, ਉਹ ਤਾਂ ਖੁਦਾਈ ਤੋਂ ਬਾਅਦ 'ਚ ਪਤਾ ਲੱਗੇਗਾ ਨਾ। ਜਿਸ ਦਿਨ ਉਹ ਮਿੱਟੀ ਹਟਾ ਦਿੱਤੀ ਗਈ ਉਸ ਦਿਨ ਨਿਰਮਲ ਜਲ ਪ੍ਰਾਪਤ ਹੋ ਜਾਏਗਾ। ਕਰਮਾਂ ਦਾ ਕਿਤਨਾ ਗੱਠਜੋੜ ਭਾਰਾ ਪਿਆ ਹੈ, ਕਿਤਨੀ ਕਰਮਾਂ ਦੀ ਮੈਲ ਮੇਰੇ ਅੰਦਰ ਪਈ ਹੋਈ ਹੈ, ਜਿਹਨੂੰ ਕਹਿੰਦੇ ਜਨਮ ਜਨਮ ਕੀ ਮਲ ਆ ਗਈ, ਕਿਤਨੀ ਮੈਲ ਜ਼ਿਆਦਾ ਲੱਗੀ ਉਤਨੀ ਜ਼ਿਆਦਾ ਮੁਸ਼ੱਕਤ ਕਰਨੀ ਪਏਗੀ। ਅੰਮ੍ਰਿਤ ਮਿਲੇਗਾ, ਅੰਮ੍ਰਿਤ ਘੱਟ ਹੀ ਮਾਹੇ, ਅੰਮ੍ਰਿਤ ਹਰ ਇੱਕ ਦੇ ਹਿਰਦੇ ਵਿੱਚ ਹੈ, ਮਿਲੇਗਾ ਪਾਈਏ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਮਿਲੇਗਾ, ਲੇਕਿਨ ਮੁਸ਼ੱਕਤ ਕਰਨੀ ਪਏਗੀ, ਕਿਤਨੀ ਮਿਹਨਤ ਕਰਨੀ ਪਏਗੀ। ਜਿਤਨੇ ਕਰਮਾਂ ਦੀ ਮੈਲ ਜ਼ਿਆਦਾ, ਕਰਮਾਂ ਦੀ ਮੈਲ ਮਿਟ ਗਈ, ਅਸੀਂ ਰੋਜ਼ ਪੜ੍ਹਦੇ ਹੋ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਅਤੇ ਜਿਨ੍ਹਾਂ ਨੇ ਇਹ ਮਿਹਨਤ ਕਰ ਲਈ, ਜਿਨੀ ਨਾਮ 'ਤੇ ਆਇਆ ਗਏ ਮੁਸ਼ੱਕਤ ਘਾਲ, ਉਹ ਮੁਸ਼ੱਕਤ ਘਾਲ ਲਈ ਅਤੇ ਮਿਲਿਆ ਕੀ, ਮਿਲ ਗਿਆ ਅੰਮ੍ਰਿਤ, ਅਤੇ ਜਦੋਂ ਅੰਮ੍ਰਿਤ ਮਿਲ ਗਿਆ ਨਾਨਕ ਤੇ ਮੁਖਿਉ ਚਲੇ, ਬਿਨਾਂ ਅੰਮ੍ਰਿਤ ਤੋਂ ਕਿਸਦਾ ਮੁੱਖ ਉਜਲਾ ਨਹੀਂ ਜਿਉਂਿਆ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਫਿਰ ਕਈਆਂ ਨੂੰ ਤਾਰਨ ਦੇ ਸਮਰੱਥ ਹੋ ਜਾਂਦੇ ਨੇ। ਅੱਜ ਦਾ ਦਿਨ ਸਾਡਾ ਅੰਮ੍ਰਿਤ ਦੀ ਪ੍ਰਾਪਤੀ ਦੀ ਯਤਨ ਦਾ ਦਿਨ ਹੈ, ਮੁਸ਼ੱਕਤ ਕਰਨ ਦਾ ਦਿਨ ਹੈ, ਖੰਡੇ ਕੀ ਪਾਹੁਲ ਪ੍ਰਾਪਤ ਕਰਨ ਦਾ ਦਿਨ ਹੈ। ਖੰਡੇ ਕੀ ਪਾਹੁਲ ਪ੍ਰਾਪਤ ਕਰਕੇ ਫਿਰ ਮੁਸ਼ੱਕਤ ਕਰਨੀ, ਜਿਵੇਂ ਖੁਦਾਈ ਕਰਦੇ ਹੋ ਮਸ਼ੀਨ ਪੰਪ ਲਗਾ ਲੈਂਦੇ ਹੋ ਅਤੇ ਫਿਰ ਨਲਕਾ ਲੱਗ ਗਿਆ, ਇੱਕ ਬਸ ਕਹਿ ਕੇ ਗੱਲ ਸਮਾਪਤੀ ਕਰਾਂ, ਬੋਰਿੰਗ ਕਰ ਲਿਆ, ਪਾਈਪ ਲੱਗ ਗਿਆ, ਨਲਕਾ ਲੱਗ ਗਿਆ, ਕਾਰੀਗਰ ਨੇ ਉੱਤੋਂ ਪਾਣੀ ਪਾ ਕੇ ਤੁਹਾਨੂੰ ਜ਼ਮੀਨ ਦਾ ਪਾਣੀ ਮਿਲਾ ਦਿੱਤਾ, ਠੰਡਾ ਮਿਲ ਗਿਆ, ਜਲ ਛੱਕ ਲਿਆ, ਹੁਣ ਹੈਂਡਲ 'ਤੇ ਚਲਾਉਣਾ ਪਏਗਾ ਨਾ, ਮੋਟਰ 'ਤੇ ਚਲਾਉਣੀ ਪਏਗੀ ਨਾ, ਤਦ ਜ਼ਮੀਨੀ ਪਾਣੀ ਆਏਗਾ। ਅਤੇ ਜੇ ਇੱਕ ਵਾਰ ਕਾਰੀਗਰ ਔਨ ਕਰਕੇ ਛੁੱਟ ਗਿਆ ਅਤੇ ਅਸੀਂ ਮੁੜ ਕੇ ਸਾਲ ਭਰ ਉਹ ਸਵਿੱਚ ਔਨ ਹੀ ਨਹੀਂ ਕੀਤਾ ਤਾਂ ਮੋਟਰ ਜਾਮ ਹੋ ਜਾਏਗੀ। ਅਸੀਂ ਬਹੁਤ ਇੱਦਾਂ ਹੀ ਕਰਦੇ ਹਾਂ, ਜਿੱਦਣ ਆਉਂਦੇ ਹਾਂ ਉਹ ਦਿਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਮੋਟਰ ਔਨ ਹੋ ਜਾਂਦੀ ਹੈ ਅਤੇ ਘਰ ਜਾ ਕੇ ਸਵਿੱਚ ਔਫ ਹੋ ਜਾਂਦਾ, ਫਿਰ ਮੋਟਰ ਚੋਕ ਹੋ ਜਾਂਦੀ ਹੈ, ਬੋਰਿੰਗ ਖਰਾਬ ਹੋ ਜਾਂਦਾ, ਫਿਰ ਦੁਬਾਰਾ ਬੋਰਿੰਗ ਕਰਨਾ ਪਏਗਾ। ਗੁਰਦੇਵ ਕਿਰਪਾ ਕਰਨ ਅਸੀਂ ਪ੍ਰਾਪਤ ਕਰ ਸਕੀਏ, ਗੁਰੂ ਸਾਹਿਬ ਦੀ ਬਖਸ਼ਿਸ਼। ਖਾਲਸਾ ਸਿਰਜਣਾ ਦਿਵਸ ਦੀਆਂ ਆਪ ਨੂੰ ਲੱਖ ਲੱਖ ਵਧਾਈਆਂ, ਦਸਤਾਰ ਦਿਵਸ ਹੈ ਉਹਦੀਆਂ ਵਰਕਾਂ, ਸਾਨੂੰ ਇਹ ਬਖਸ਼ਿਸ਼ ਮਿਲੀ ਹੈ। ਮਹਾਰਾਜ ਨਤੀ ਹੈ, ਬੋਲਦਿਆਂ ਵਿਚਾਰਦਿਆਂ ਕੋਈ ਸ਼ਬਦ ਵੱਧ ਘੱਟ ਹੋ ਗਿਆ ਹੋਵੇ ਖਿਮਾ ਕਰਨਾ, ਆਸੀਸ ਅਤੇ ਪਿਆਰ ਦਿੰਦੇ ਰਹਿਣਾ। ਧੰਨਵਾਦ ਸੱਚੇ ਪਾਤਸ਼ਾਹ ਸਾਹਿਬ ਜੀ ਦਾ,
ਜਿਨ੍ਹਾਂ ਸੰਯੋਗ ਬਖਸ਼ਿਸ਼ ਕੀਤੇ, ਆਪ ਸਮੂਹ ਸਤ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਸੁਣਿਆ ਪ੍ਰਬੰਧਕ ਵੀਰਾਂ ਦਾ ਧੰਨਵਾਦ, ਜਿਨ੍ਹਾਂ ਦੇ ਸਬੱਬ ਸਦਕੇ ਇਹ ਸਬੱਬ ਬਣਿਆ, ਉੱਦਮ ਬਣਿਆ, ਵੀਰ ਅਜੀਤ ਸਿੰਘ ਜੀ, ਪਰਮਜੀਤ ਸਿੰਘ ਜੀ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਅਤੇ ਆਪ ਜੀ ਦੀਆਂ ਆਸੀਸਾਂ ਦੇ ਸਦਕੇ ਬਖਸ਼ਿਸ਼ ਪ੍ਰਾਪਤ ਹੋ ਸਕੇ, ਅੰਮ੍ਰਿਤ ਮਿਲ ਸਕੇ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਨਫ਼ਤ ਅਤੇ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।